ਅੱਜ ਮਸ਼ਹੂਰ 10 ਸਾਲਾਂ ਦੀ ਮਿਹਨਤ ਪਕਾਈ ਹੋਈ ਤਾਂ ਰਿਲੀਜ਼ ਹੋਦੀ ਹੈ ਕਿ ਕਿ ਇਟਸ 올 अबाउट आर्ट एंड साइंस ਤੇ ਮੈਂ ਦਿਮਾਗ 'ਚ ਹਮੇਸ਼ਾ ਸੋਚਦਾ ਸੀ ਕਿ ਨਹੀਂ ਕੁਕਿੰਗ ਇਜ਼ ਨਾਟ ਜਸਟ ਅਬਾਊਟ ਆਰਟ ਐਂਡ ਸਾਇੰਸ ਕੁਕਿੰਗ ਇਜ਼ ਆਲਸੋ ਅਬਾਊਟ ਮੈਨੇਜਮੈਂਟ ਜਿਹੜੀਆਂ ਚੀਜ਼ਾਂ ਮੈਨੂੰ 10 ਸਾਲ ਤੋਂ ਸਤਾਰੀਆਂ ਸੀ ਨਾ ਕਿ ਭਾਈ ਨਹੀਂ ਆ ਨਾ ਕੁਝ ਤੇ ਡਿਫਰੈਂਸ ਹੋਣਾ ਚਾਹੀਦਾ ਇਹ ਪਤੀਲੇ 'ਚ ਕੁਝ ਹੋ ਰਿਹਾ ਹੈ ਠੀਕ ਆ ਇਹ ਕੀ ਹੋ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਲਿੰਕ ਕਰੀਏ ਮੈਨੇਜਮੈਂਟ ਦੇ ਨਾਲ ਤੇ ਉਹ ਕਰਦੇ 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 ਨਾ ਮੈਂ ਹਰ ਚੀਜ਼ ਵੇਖਦਾ ਹਾਂ ਸਾ ਤੇ ਸਕ੍ਰਿਬਲ ਕਰਦਾ ਹਾਂ ਸਾ ਲਿਖਦੇ ਜਾਂਦਾ ਹਾਂ ਸਾ ਪਣ ਆਸੀ ਮੇਰੇ ਸਾਰੇ ਜਿੰਨੇ دوست ਸੀ ਨਾ ਉਦੋਂ ਕਰੂਜ਼ ਲਾਈਨਰ 'ਚ ਜਾਂਦੇ ਸੀ ਤੇ ਸਾਰੇ ਚਲੇ ਗਏ ਮੈਂ ਵੀ ਚਲੇ ਗਿਆ ਜੀ ਇੰਟਰਵਿਊ ਦੇਣ ਤੇ ਉਹਨਾਂ ਦਾ ਪਹਿਲਾ ਸਵਾਲ ਏ ਸੀ ਹਰਪਾਲ ਜੀ ਅਸੀਂ ਬਾਅਦ 'ਚ ਤੁਹਾਡਾ ਇੰਟਰਵਿਊ ਸਕਿੱਲ ਦਾ ਲਵਾਂਗੇ ਪਹਿਲੋਂ ਮੈਨੂੰ ਇਹ ਦੱਸੋ ਕਿ ਤੁਸੀਂ ਟ੍ਰਿਮ ਕਰ ਸਕਦੇ ਹੋ ਤੁਸੀਂ ਤਰਬਨ ਰਿਮੂਵ ਕਰ ਸਕਦੇ ਹੋ ਕਿਉਂਕਿ ਉੱਥੋਂ ਦਾ ਮੰਡੇਟ ਏ मैं अपनी फाइल चुकी मैं क्या थैंक यू सो मच जी मैं नौकरी नीचे चाहिए मैं चला फिर वो मैं एक शो किया झलक दिखला जा ठीक है ना वो कई बार होंगे न जिन्हें क्रिएटिव हेड्स होंगे ना वो आंदते हैं हर हरपाल जी हम ये कर देंगे वो कर देंगे ऐसा कर देंगे वैसा कर देंगे आपकी टर्बन का ये स्टाइल कर देंगे वो कर देंगे आप कुछ और थे थे अंदाज में पेश आना चाहते हो मैं क्या अगर ਕੋਈ ਹੋਰ ਤਰੀਕਾ ਹੋਵੇ ਤੇ ਦੱਸੋ ਪੱਗ ਨੂੰ ਹੱਥ ਨਹੀਂ ਲਾਉਣਾ ਕੱਪੜੇ ਜਿੰਨੇ ਮਰਜ਼ੀ ਬਦਲ ਲਾ ਪੱਗ ਨੂੰ ਹੱਥ ਨਹੀਂ ਲਾਉਣਾ ਉਹ ਗੈਸ ਜਿੰਨੇ ਲੋਕੀ ਆਰਡਰ ਕਰਦੇ ਨੇ ਉਹ ਇੱਕੋ ਹੀ ਚੀਜ਼ ਆਰਡਰ ਕਰਦੇ ਆ ਬਿਰਿਆਨੀ ਕਿਉਂਕਿ ਇੱਕ ਤੇ ਬਿਰਿਆਨੀ ਕੰਪਲੀਟ ਮੀਲ ਹੁੰਦੀ ਹੈ ਠੀਕ ਹੈ ਜੀ ਕੰਪਲੀਟ ਮੀਲ ਤੁਹਾਨੂੰ ਕੁਝ ਨਾ ਵੀ ਰਵੇ ਤੁਸੀਂ ਤੁਹਾਨੂੰ ਬਿਰਿਆਨੀ ਮਿਲ ਜਾਏ ਤੁਸੀਂ ਇੱਕ ਸਵਾਦ ਲੈ ਸਕਦੇ ਹੋ ਉਸ ਬਿਰਿਆਨੀ ਦੇ ਅੰਦਰ ਤੁਸੀਂ ਦੇਖੋਗੇ 50 ਤਰੀਕੇ ਦੀਆਂ ਚੀਜ਼ਾਂ ਪੈਂਦੀਆਂ ਬੜ ਤੁਹਾਨੂੰ ਜਦੋਂ ਫਲੇਵਰ ਕਿਹਾ ਜਾਵੇ ਨਾ ਜਾਂ ਬਿਰਿਆਨੀ ਖਾ ਰਹੇ ਤੁਸੀਂ ਇਹ ਸੋਚੋ ਤੂੰ ਇਹ ਨਹੀਂ ਕਰਦੇ ਇਲਾਇਚੀ ਖਾ ਰਹੇ ਆ ਦਾਲਚੀਨੀ ਖਾ ਰਹੇ ਆ ਚੌਲ ਖਾ ਰਹੇ ਆ ਬਰਾਉਨ ਆਨੀਅਨ ਖਾ ਰਹੇ ਆ ਪੁਦੀਨਾ ਖਾ ਰਹੇ ਆ ਜਾਂ ਜਿਹੜਾ ਵੀ ਪ੍ਰੋਟੀਨ ਹੁੰਦਾ ਹੋਗਾ ਤੁਸੀਂ ਕਹਿੰਦੇ ਬਿਰਿਆਨੀ ਖਾ ਰਹੇ ਹੋ 50 ਤੋਂ 100 ਚੀਜ਼ਾਂ ਪੈਣ ਦੇ ਬਾਅਦ ਇੱਕੋ ਹੀ ਫਲੇਵਰ ਆਇਆ ਤੂੰ ਲੀਡਰ ਇੱਕੋ ਹੀ ਹੁੰਦਾ ਤੇ ਫਿਰ ਅਸੀਂ ਜਦੋਂ ਸਾਰੇ ਨੇਮਸ ਡਿਸਾਈਡ ਕੀਤੇ ਫਿਰ ਸਾਨੂੰ ਲੱਗਾ ਕਿ ਨਹੀਂ ਲੀਡਰ ਤੇ ਇੱਕੋ ਹੀ ਹੁੰਦਾ ਉਹ ਬਿਰਿਆਨੀ ਹੈ ਦਾ ਲਾਗੇ ਕਿਤਾਬ ਲਿਖਣ ਨੂੰ ਐਨੇ ਦੇ ਵਿੱਚ ਤਾਂ ਬੰਦਾ ਕੋਈ ਹਜ਼ਾਰਾਂ ਕਿਤਾਬਾਂ ਲਿਖ ਦਿੰਦਾ ਤੁਸੀਂ 10 ਸਾਲ ਦੇ ਵਿੱਚ ਇੱਕ ਹੀ ਲਿਖੀ ਹੈ ਨਵੀਂ ਸੋਚ ਤਿਆਰ ਕਰਤੀ ਲੋਕਾਂ ਚ ਮੇਰੇ ਜਿੰਨੇ ਸ਼ੈਫ ਸਿਆ ਬਨੇ ਜਿੰਨੇ ਆਈਚਐਮ ਦੇ ਬੰਦੇ ਆ ਹੋਟਲ ਮੈਨੇਜਮੈਂਟ ਦੇ ਬੰਦੇ ਆ ਉਹਨਾਂ ਵਾਸਤੇ ਇਹ ਅਸੀਂ ਕਰਤਾ ਕਿ ਤੁਸੀਂ ਅਲੱਗ हट ਕੇ ਸੋਚੋ ਅਲੱਗ हट ਕੇ ਸੋਚੋਗੇ ਤੇ ਕਾਮਯਾਬ ਹੋਗੇ ਜੀਵਨ ਫਿਰ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਸੀਗਾ ਕਿ ਸ਼ੈਫ ਹੀ ਬਨਣਾ ਇਹ ਕਿਹੜੀਆਂ ਕਿਹੜੀਆਂ ਮੁਸੀਬਤਾਂ ਜਿਹੜੀਆਂ ਨੇ ਝੱਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਮੈਂ ਇੰਡਸਟਰੀ 'ਚ ਟ੍ਰੇਨਿੰਗ ਕੁੱਕ ਦਾ ਕੰਮ ਕਰ ਰਿਹਾ ਸੀ ਉਬਰੋ ਇਸ ਦੇ ਪਿਤਾ ਜੀ ਇੱਕ ਦੋ ਵਾਰ ਆਏ ਤੇ ਉਹਨਾਂ ਨੇ ਦੇਖਿਆ ਭਈ ਲੜਕਾ ਪਾਂਡੇ ਮਾਂਜੰਡਿਆ ਹੈ ਤੇ ਉਹਨਾਂ ਨੇ ਉਦੋਂ ਤੋਂ ਨਹੀਂ ਕੁਝ ਬੋਲਿਆ ਘਰ ਜਾ ਕੇ ਮੰਮੀ ਜੀ ਨੂੰ ਕਿਹਾ ਕਿ ਭਈ ਇਹ ਬਿਆਰ ਲੜਕਾ ਤੇ ਪਾਂਡੇ ਮਾਂਜੰਡਿਆ ਪਤਾ ਨਹੀਂ ਇਹਦਾ ਕੈਰੀਅਰ ਕਿਸ ਤਰ੍ਹਾਂ ਬਨੇਗਾ ਇਹਨੂੰ ਨਾ ਰੇਲਵੇ 'ਚ ਜੁਆਇਨ ਕਰਵਾ ਦੇਦੇ ਇਹਨੂੰ ਫੋਰਸ ਕਰਦੇ ਕਿ ਭਈ ਉਹ ਛੱਡ ਕੇ ਇੱਧਰ ਆ ਜਾ ਤੇ ਫਿਰ ਮੈਂ ਛੁੱਟ ਫਿਰ ਮੈਂ ਜਦੋਂ ਛੁੱਟੀਆਂ 'ਚ ਗਿਆ ਘਰ ਤੇ ਮਾਤਾ ਜੀ ਨੇ ਕਿਹਾ ਕਿ ਭਈ ਪਿਤਾ ਜੀ ਦਾ ਇਹ opinion ਆ ਤੂੰ ਦੇਖ ਲੈ ਇੱਕ ਵਾਰਾ ਤੈਨੂੰ ਲੱਗਦਾ ਤੇ ਗਵਰਨਮੈਂਟ ਦੀ ਨੌਕਰੀ ਲੱਗਦਾ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਛੱਡ ਦੇ ਤੇ ਮੈਂ ਉਦੋਂ ਹਿੰਮਤ ਨਹੀਂ ਆ ਰਹੀ ਸੀ ਮੈਂ ਕਿਹਾ ਨਹੀਂ ਇਹ ਅਸੀਂ ਜੋ ਕਰ ਰਹੇ ਹਾਂ ਠੀਕ ਹੈ ਤੁਸੀਂ ਖਾਲੀ ਸਪੋਰਟ ਕਰੀ ਜਾਓ ਤੇ ਪਿਤਾ ਜੀ ਨੇ ਇੱਕ ਚੀਜ਼ ਬਹੁਤ ਅੱਛੀ ਕਹੀ ਸੀ ਕਿ ਭਈ ਦੇਖੋ ਇਹਦੇ ਜਿਨਾ ਸਾਨੂੰ ਕੁਛ ਨਹੀਂ ਪਤਾ ਨਾ ਸ਼ੈਫ ਬਾਰੇ ਪਤਾ ਨਾ ਹੋਟਲ ਬਾਰੇ ਪਤਾ ਕਿਉਂਕਿ ਨਾ ਤਾਂ ਐਸੀ ਹੋਟਲਾਂ 'ਚ ਜਾ ਕੇ ਖਾਣੇ ਆ ਨਾ ਸਾਨੂੰ ਸ਼ੈਫ ਬਾਰੇ ਪਤਾ ਹੈ ਤੇ ਇਹਦੇ ਚ ਨਾ ਸਕसेस ਵੀ ਤੇਰਾ ਹੈ ਫੇਲਿਅਰ ਵੀ ਤੇਰਾ ਹੈ ਹੁਣ ਤੂੰ ਡਿਸਾਈਡ ਕਰ ਲੈ ਕਿ ਤੈਨੂੰ ਕਿਹੜੀ ਚੀਜ਼ ਹਾਸਲ ਕਰਨੀ ਹੈ ਤੇ ਫਿਰ ਉਹ ਚੀਜ਼ ਮੇਰੇ ਕੰਨਾਂ 'ਚ ਹੱਲੇ ਵੀ ਗੂੰਜਦੀ ਹੈ ਕਿ ਵੀ ਸਕसेस ਵੀ ਤੇਰਾ ਹੈ ਫੇਲਿਅਰ ਵੀ ਤੇਰਾ ਹੈ ਹੁਣ ਫੇਲਿਅਰ ਨੂੰ ਤਾਂ ਅਪਣਾ ਨਹੀਂ ਸਕਦੇ ਸਾਂ ਤੇ ਸਕਸੈਸ ਹੀ ਅਪਣਾਉਣੀ ਸੀ ਤੇ ਫਿਰ ਅਸੀ ਨਾਗੇ ਨਵਕਸ਼ਮਕ ਨਵਕਸ਼ਮਕ ਦਾ ਹੱਲੇ ਦਿੱਤੇ ਹੈ ਫਿਰ ਉਹਨੇ ਕਿਹਾ ਇਹ ਹਰਪਾਲ ਇਹ ਜਬ ਵੀ ਆਪ ਨਮਕ ਡਾਲੋਗੇ ਜਦੋਂ ਵੀ ਨਮਕ ਪਾਓਗੇ ਨੂਨ ਪਾਓਗੇ ਉਹ ਦੋਵੇਂ ਕਰਨਾ ਹੀ ਕਰਨਾ ਉਹ ਫਿਰ ਇਸ ਤਰ੍ਹਾਂ ਫੇਮਸ ਹੋਇਆ ਪੂਰਾ ਵਰਲਡ 'ਚ ਕਿ ਉਹਨ ਲੋਕੀ ਠੀਕ ਹੈ ਕਈ ਲੋਕ ਨਾਮ ਨਹੀਂ ਜਾਣਦੇ ਲੇਕਿਨ ਉਹ ਨਮਕ ਸ਼ਮਕ ਵਾਲੇ ਸਦਾਰ ਜੀ ਇਹ ਜ਼ਰੂਰ ਜਾਣਦੇ ਨੇ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਅੱਜ ਤੁਹਾਡੇ ਨਾਲ ਇੰਟਰਵਿਊ ਜਿਹੜਾ ਸਾਂਝਾ ਕਰਨ ਲੱਗੇ ਆ ਬਹੁਤ ਹੀ ਜ਼ਿਆਦਾ ਖਾਸ ਹੈ ਤਾਂ ਤੁਸੀਂ ਘਰ ਬੈਠੇ ਬਹੁਤ ਸਾਰੀਆਂ ਚੀਜ਼ਾਂ ਸਿੱਖ ਵੀ ਲਓਗੇ ਕਿਉਂਕਿ ਅਜੇ ਮਸ਼ਹੂਰ ਸ਼ੈਫ ਸਾਡੇ ਨਾਲ ਮੌਜੂਦ ਰਹਿਣਗੇ ਜਿਨ੍ਹਾਂ ਨੇ ਆਪਣਾ ਨਾਮ ਇਸ ਤਰੀਕੇ ਦੇ ਨਾਲ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਤਾਂ ਲੋਕ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਾਪੀ ਕਰਦੇ ਨੇ ਦੇਖਦੇ ਨੇ ਹਰ ਇੱਕ ਚੀਜ਼ ਬਣਾਉਂਦਾ ਤਾਂ ਅੱਜ ਉਹਨਾਂ ਦੀ ਕਿਤਾਬ ਵੀ ਰਿਲੀਜ਼ ਹੈ ਦਾ ਬਰੀਆਨੀ ਲੀਡਰ ਹਰਪਾਲ ਸਿੰਘ ਸੋਖੀ ਸਾਡੇ ਨਾਲ ਨੇ ਤਾਂ ਇਹਨਾਂ ਦੀ ਕਿਤਾਬ ਹੈ ਇਹ ਰਿਲੀਜ਼ ਹੋ ਜੀ ਹੈ ਤਾਂ ਇਹ ਕਿਤਾਬ ਦੇ ਵਿੱਚ 10 ਸਾਲਾਂ ਦੀ ਮਿਹਨਤ ਜਿਹੜੀ ਹੈ ਪਕਾਈ ਹੋਈ ਹੈ ਉਹ ਅਸੀਂ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਪਕਾਈ ਕਿਸ ਤਰੀਕੇ ਨਾਲ ਇਹ ਰੈਸਪੀ ਤਿਆਰ ਕਰਦੇ ਸੀਗੇ ਕਿ 10 ਸਾਲਾਂ ਬਾਅਦ ਅੱਜ ਜਿਹੜੀ ਆ ਰਿਲੀਜ਼ ਕਰ ਦੇਣੀ ਹੈ ਹਰਪਾਲ ਸਿੰਘ ਸੋਕੀ ਸਾਡੇ ਨਾਲ ਹੈ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਪੰਜਾਬੀ ਬਲੌਗ ਚ ਸਰ ਇਹਨੂੰ ਸਾਰੇ ਨੂੰ ਸਾਰੇ ਨੂੰ ਜੀ ਸਤਿ ਸ਼੍ਰੀ ਅਕਾਲ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ ਹੈ ਅ ਅੱਜ ਮੇਰੀ ਕਿਤਾਬ ਵੀ ਰਿਲੀਜ਼ ਹੋ ਰਹੀ ਹੈ ਬਾਕੀ ਦਰਸ਼ਕਾਂ ਦਾ ਦਰਸ਼ਕਾਂ ਨਾਲ ਗੱਲ ਕਰਕੇ ਬਹੁਤ ਅੱਛਾ ਲੱਗੇਗਾ ਹਾਂ ਜੀ ਸੋ ਕਿਸੇ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਪਹਿਲਾਂ ਹੀ ਬਹੁਤ ਮਸ਼ਹੂਰ ਹੈਗੇ ਹਾਂ 올 ਇੰਡੀਆ ਦੇ ਵਿੱਚ 12ਵੀਂ ਕਿਵੇਂ ਦੇਖਦੇ ਹੋ ਅ ਅੱਜ ਮਸ਼ਹੂਰ 10 ਸਾਲਾਂ ਦੀ ਮਿਹਨਤ ਪਕਾਈ ਹੋਈ ਤਾਂ ਰਿਲੀਜ਼ ਹੋ ਰਹੀ ਹੈ ਇਹ ਕਿਵੇਂ ਪਕਾਉਂਦੇ ਰਹੇ ਫ੍ਰੈਂਡ ਇਸ ਬਾਰੇ ਥੋੜਾ ਸਾਂਝਾ ਤੇ ਜੀ ਜਿਹੜੀ ਬੁੱਕ ਆ ਮੈਂ ਸਾਰੇ ਨੂੰ ਦੱਸਾਂ ਬਿਰਿਆਨੀ ਲੀਡਰ ਸਾਰੇ ਕੁਕਰੀ ਬੁੱਕਸ ਲਿਖਦੇ ਨੇ ਠੀਕ ਹੈ ਨਾ ਮੈਂ ਸੋਚਿਆ ਕਿ ਕੁਕਰੀ ਬੁੱਕਸ ਠੀਕ ਹੈ ਉਹ ਸਾਡਾ ਕਲਾ ਸਾਡੀ ਕਲਾ ਹੈ ਨਾ ਜੀ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਕਲਾ ਤੇ ਡੈਫੀਨਿਟਲੀ ਤੁਸੀਂ ਦੇਖਦੇ ਹੀ ਹੋਗੇ ਇਹ ਵੀ ਦੇ ਆਡੀਓ ਵੀਡੀਓਜ਼ ਚੈਨਲ ਤੇ ਟੀਵੀ 'ਚ ਮੈਨੂੰ ਦੇਖਦੇ ਹੋਗੇ ਬਟ ਜਿਹੜੀਆਂ ਚੀਜ਼ਾਂ ਮੈਨੂੰ 10 ਸਾਲ ਤੋਂ ਸਤਾ ਰੀਆਂ ਸੀ ਨਾ ਕਿ ਭਾਈ ਨਹੀਂ ਆ ਨਾ ਉੱਚ ਤੇ ਡਿਫਰੈਂਸ ਹੋਣਾ ਚਾਹੀਦਾ ਇਹ ਪਤੀਲੇ 'ਚ ਕੁਝ ਹੋ ਰਿਹਾ ਹੈ ਠੀਕ ਹੈ ਇਹ ਕੀ ਹੋ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਲਿੰਕ ਕਰੀਏ ਮੈਨੇਜਮੈਂਟ ਦੇ ਨਾਲ ਤੇ ਉਹ ਕਰਦੇ 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 ਨਾ ਮੈਂ ਹਰ ਚੀਜ਼ ਵੇਖਦਾ ਹਾਂ ਸਾ ਤੇ ਸਕ੍ਰਿਬਲ ਕਰਦਾ ਹਾਂ ਸਾ ਲਿਖਦੇ ਜਾਂਦਾ ਹਾਂ ਸਾ ਜਿਸ ਤਰ੍ਹਾਂ ਮੈਂ ਕਲਾਸਿਕ ਐਗਜ਼ਾਮਪਲ ਦੇਖਦਾ ਹਾਂ ਕਿ ਮੈਨੂੰ ਸਾਰੀਆਂ ਚੀਜ਼ਾਂ ਨਾ ਵੈਸਲ ਡੇਂਜਰ ਕੁਕਿੰਗ ਵੈਸਲ ਦੇ ਅੰਦਰ ਮੈਨੇਜਮੈਂਟ ਵਰਗੂੰ ਦਿਸਦੀਆਂ ਕਿ ਹਰ ਇੱਕ ਚੀਜ਼ ਮੈਨੇਜਮੈਂਟ ਵਰਗੂੰ ਬਿਹੇਵ ਕਰਦੀ ਹੈ ਜਿਸ ਤਰ੍ਹਾਂ ਇੱਕ ਆਰਗੇਨਾਈਜੇਸ਼ਨ 'ਚ ਅਲੱਗ-ਅਲੱਗ ਸਟਾਫ ਬਿਹੇਵ ਕਰਦਾ ਹੈ ਨਾ ਉਸ ਤਰ੍ਹਾਂ ਹੀ ਵੈਸਲ ਦੇ ਅੰਦਰ ਸਾਰੀਆਂ ਚੀਜ਼ਾਂ ਇੱਕਦਮ ਅਲੱਗ-ਅਲੱਗ ਇੰਡੀਵਿਜੂਅਲ ਮੈਨੇਜਮੈਂਟ ਵਰਗੂੰ ਬਿਹੇਵ ਕਰਦੀਆਂ ਤੇ ਇਹ ਚੀਜ਼ ਜਿਹੜੀ ਹੈ ਨਾ ਮੈਨੂੰ ਹਮੇਸ਼ਾ ਲੱਗਦੀ ਸੀ ਕਿ ਇਹ ਕੁਝ ਯੂਨੀਕ ਹੋ ਰਿਹਾ ਕੁਝ ਯੂਨੀਕ ਹੋ ਰਿਹਾ ਤੇ ਮੈਂ ਲਿਖਦਾ ਰਹਿਣਾ ਸਕੇ ਬਈ ਇਹ ਕਿਸ ਤਰ੍ਹਾਂ ਇਹਨੂੰ ਲਿੰਕ ਕੀਤਾ ਜਾਏ ਕਿਉਂਕਿ ਸਾਡੇ profession 'ਚ ਅਸੀਂ ਕਹਿੰਦੇ ਕਿ ਕੁਕਿੰਗ ਇਜ਼ 올 ਅਬਾਊਟ ਆਰਟ ਐ ਤੇ ਮੈਂ ਦਿਮਾਗ 'ਚ ਹਮੇਸ਼ਾ ਸੋਚਦਾ ਸੀ ਕਿ ਨਹੀਂ ਕੁਕਿੰਗ ਇਜ਼ ਨਾਟ ਜਸਟ ਅਬਾਊਟ ਆਰਟ ਐਂਡ ਸਾਇੰਸ ਕੁਕਿੰਗ ਇਜ਼ ਆਲਸੋ ਅਬਾਊਟ ਮੈਨੇਜਮੈਂਟ ਹੁਣੋ ਇੱਕ ਪਤਲੇ ਚ ਤੁਸੀਂ ਤੇਲ ਗਰਮ ਕਰਤਾ ਠੀਕ ਹੈ ਜੀ ਤੇਲ ਨੂੰ ਗਰਮ ਕਰਕੇ ਛੱਡਤਾ ਥੱਲੇ ਗੈਸ ਬਹੁਤ ਤੇਜ਼ ਕਰਤੀ ਠੀਕ ਹੈ ਨਾ ਮਤਲਬ ਤੁਸੀਂ ਕੀ ਕੀਤਾ ਤੁਸੀਂ ਇੱਕ ਵਾਤਾਵਰਣ ਇੰਡਸਟਰੀ 'ਚ ਬਹੁਤ ਤੇਜ਼ ਕ੍ਰੀਏਟ ਕਰਤਾ ਠੀਕ ਹੈ ਜੀ ਉਹ ਤੇਲ ਬਹੁਤ ਛੇਤੀ ਗਰਮ ਹੋਣਾ ਚਾਹੀ ਹੋ ਗਿਆ ਉਹਨੂੰ ਕਿਸੇ ਨੇ ਐਡਰੈਸ ਨਹੀਂ ਕੀਤਾ ਤੇ ਜਿਹੜੀਆਂ ਚੀਜ਼ਾਂ ਪੈ ਗਈਆਂ ਉਸ ਵੇਲੇ ਉਹਨਾਂ ਸਾਰਿਆਂ ਨੇ ਜਲ ਜਾਣਾ ਮਤਲਬ HR ਮੈਨੇਜਰ ਨੇ ਧਿਆਨ ਨਹੀਂ ਦਿੱਤਾ ਕਿ ਭਾਈ ਮਾਹੌਲ ਗਰਮ ਹੋ ਰਿਹਾ ਹੈ ਤੇ ਤੁਸੀਂ ਇਹ ਧਿਆਨ ਨਹੀਂ ਦੇ ਰਹੇ ਤੁਸੀਂ ਅਲਾਉ ਕਰ ਰਹੇ ਹੋ ਸਭ ਚੀਜ਼ਾਂ ਹੋਣ ਵਾਸਤੇ ਹੁਣ ਕੋਈ ਸ਼ੈਫ ਵੀ ਇਹ ਹੀ ਕਰਦਾ ਕਿ ਤੇਲ ਬਹੁਤ ਗਰਮ ਹੋ ਗਿਆ ਜਲੇਬੀ ਵਾਲੇ ਬਣਾਉਂਦੇ ਥੋੜਾ ਜਿਹਾ ਘਿਓ ਪਾ ਦਿੰਦੇ ਤਾਂ ਕਿ ਉਹ ਜਿਹੜੀਆਂ ਜਲੇਬੀਆਂ ਸੜ ਨਾ ਜਾਣ ਤੇ ਇਹ ਸਾਰੀਆਂ ਚੀਜ਼ਾਂ ਦਾ ਬਿਲਕੁਲ ਮੈਨੇਜਮੈਂਟ ਪ੍ਰਿੰਸੀਪਲਸ ਨਾਲ ਲਿੰਕ ਕੀ ਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਆਸਤੇ ਆਸਤੇ ਮੈਂ ਲਿਖਦਾ ਰਿਹਾ ਇੱਕ ਇੱਕ ਨਵੀਂ ਚੀਜ਼ ਦੇਖਦਾ ਰਿਹਾ ਠੀਕ ਹੈ ਨਾ ਇੱਕ ਕਲਾਸਿਕ ਐਗਜ਼ਾਮਪਲ ਹੈ ਮੈਂ ਆਪਣੇ ਨਾ ਗਾਰਡਨ 'ਚ ਮੇਰੇ ਸੂਰੇਸ਼ਵਰ ਮੈਂ ਜੋਗਿੰਗ ਕਰਨ ਜਾਂਦਾ ਮੇਰੇ ਬੰਬੇ 'ਚ ਨੈਸ਼ਨਲ ਪਾਰਕ ਹੈ ਮੈਂ ਸੂਰੇਸ਼ਵਰ ਇੱਕ ਦਿਨ ਬਹੁਤ ਛੇਤੀ ਭੱਜ ਗਿਆ ਭੱਜਣ ਚ ਲੱਗ ਗਿਆ ਮੈਂ ਜੋਗਿੰਗ ਕਰ ਰਿਹਾ ਸੀ ਤੇ ਮੈਂ ਅਚਾਨਕ ਦੇਖਿਆ ਮੇਰਾ ਸੜਕ 'ਤੇ ਮੈਨੂੰ ਠੀਕ ਤਰ੍ਹਾਂ ਦਿਸਦੀ ਨਹੀਂ ਲੇਕਿਨ ਮੈਨੂੰ ਟਾਰਚ ਜਲਾ ਕੇ ਸੜਕ ਦੇਖ ਕੇ ਭਜਣਾ ਪੈ ਰਿਹਾ ਮੈਂ ਜੋਗਿੰਗ ਕਰ ਰਿਹਾ ਮੈਂ ਉਹੀ ਚੀਜ਼ ਮੈਂ ਦੇਖੀ ਕਿ ਜਾਨਵਰਾਂ ਨੂੰ ਟਾਰਚ ਦੀ ਲੋੜ ਦੀ ਜਾਨਵਰ ਦੇਖ ਸਕਦੇ ਤੇ ਬਿਰਿਆਨੀ ਵੀ ਇਸ ਤਰ੍ਹਾਂ ਹੀ ਬਿਹੇਵ ਕਰਦੀ ਹੈ ਦੇਖੋ ਕੋਨੇ 'ਚ ਜੇ ਸਭ ਕੁਝ ਨਹੀਂ ਰਹਾ ਸਭ ਜਗ੍ਹਾ 'ਚ ਉਹ ਢੱਕਣ ਖੋਲੋ ਬਿਰਿਆਨੀ ਦੀ ਖੁਸ਼ਬੂ ਆਉਗੀ ਸਾਰਿਆਂ ਦੇ ਮੂੰਹ 'ਚੋਂ ਇੱਕੋ ਹੀ ਨਿਕਲੇਗਾ ਅਰੇ ਬਿਰਿਆਨੀ ਦੀ ਖੁਸ਼ਬੂ ਹੈ ਤੇ ਇਹ ਜਿਹੜੀ ਸੈਂਸਸ ਕ੍ਰੀਏਟ ਕਰਦੀ ਹੈ ਨਾ ਉਸ ਤਰ੍ਹਾਂ ਹੀ ਹੁੰਦਾ ਇਹ ਕੋਈ ਬੰਦਾ ਤੁਹਾਨੂੰ ਲੱਭੇਗਾ ਜਿਹੜਾ ਜਿਹਦੀ ਲੀਡਰਸ਼ਿਪ ਕੁਆਲਿਟੀ ਇੰਨੀ ਅੱਛੀ ਹੁੰਦੀ ਕਿ ਉਹ ਜਿੱਥੇ ਵੀ ਰਹੇਗਾ ਨਾ ਤੁਸੀਂ ਕਹੋਗੇ ਭਈਆ ਬੰਦਾ ਠੀਕ ਤੇ ਇਹ ਜਿਹੜਾ ਐਸੈਂਸ ਇਹ ਅਰੋਮਾ ਇਹ ਫਲੇਵਰ ਇਹ ਇੱਕ ਲੀਡਰ ਦੀ ਕੁਆਲਿਟੀ ਹੁੰਦੀ ਹੈ ਇੱਕ ਮੈਨੇਜਮੈਂਟ ਪ੍ਰਿੰਸੀਪਲ ਵਰਗੋ ਹੁੰਦਾ ਹੈ ਕਿ ਭਾਈ ਜਿਹੜਾ ਬੰਦਾ ਜਿੱਤੇ ਦੇਸ ਜਾਏ ਉਹਦੀ ਕੁਆਲਿਟੀਆਂ ਦਿਸਦੀਆਂ ਠੀਕ ਹੈ ਨਾ ਉਹਦਾ ਕੰਮ ਦਿਸਦਾ ਤੇ ਇਹ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਮੈਂ ਦਰਸਾਉਂਦਾ ਗਿਆ ਆਪਣੀ ਬੁੱਕ 'ਚ ਲਿਖਦਾ ਗਿਆ ਇੱਕ ਸਕ੍ਰਿਪਲ ਕਰਦਾ ਗਿਆ ਪਹਿਲਾਂ ਫਿਰ ਮੈਂ ਕਈਆਂ ਨੂੰ ਦੱਸਿਆ ਵੀ ਕਿ ਭਾਈ ਇਹ ਕਿਤਾਬ ਹੈ ਤੇ ਬਾਕੀ ਸਾਰੇ ਸੋਚਦੇ ਸੀ ਜ਼ਿਆਦਾ ਦਰਸਾ ਮੈਂ ਕਿ ਇਹ ਕਿਹੜੀ ਆ ਗੱਲਾਂ ਕਰ ਰਹੇ ਹੋ ਬਈ ਇਸ ਤਰ੍ਹਾਂ ਦਾ ਕੁਝ ਹੋ ਨਹੀਂ ਸਕਦਾ ਲੇਕਿਨ ਸਟੋਰੀ ਮਿਰਰ ਵਾਲੇ ਜਿਹੜੇ ਮੇਰੇ ਪਬਲਿਸ਼ਰ ਆ ਉਹਨਾਂ ਦੇ ਜਿਹੜੇ ਸੀਈਓ ਆ ਉਹਨਾਂ ਨੂੰ ਬੜਾ ਐਕਸਾਈਟਿੰਗ ਲੱਗਾ ਕਿ ਇਹ ਜਿਹੜਾ ਅਪਰੋਚ ਆ ਨਾ ਇਹ ਪ੍ਰੈਕਟੀਕਲ ਅਪਰੋਚ ਹੈ ਜੀ ਹੁਣ ਪ੍ਰੈਕਟੀਕਲ ਅਪਰੋਚ ਜਿਹੜੀ ਆ ਹੁਣ ਜਿਹੜਾ ਹੁੰਦਾ ਨਾ ਮੇਰੇ ਖਿਆਲ ਚ ਬੜਾ ਕਾਮਯਾਬ ਰਹਿੰਦਾ ਮੈਨੂੰ ਇਸ ਤਰ੍ਹਾਂ ਲੱਗਦਾ ਕਿਉਂਕਿ ਉਹ ਐਕਸਪੀਰੀਅੰਸ ਦੱਸ ਰਿਹਾ ਹੁੰਦਾ ਬੰਦਾ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਬਰੀਆਨੀ ਲੀਡਰ ਚ ਦੱਸੀਆਂ ਸਰ ਸੋਕੀ ਸਰ ਜਿਵੇਂ ਬਰੀਆਨੀ ਲੀਡਰ ਤੁਸੀਂ ਨਾਮ ਚੁਣਿਆ ਜੀ ਇਹ ਤੁਹਾਡੇ ਜ਼ਿਹਨ ਦੇ ਵਿੱਚ ਸੀਗਾ ਜਾਂ ਇਹ ਟਾਈਟਲ ਸਰਲੇਖ ਫਿਰ ਇੱਕੋ ਦਮ ਕੱਢ ਲਿਆ ਕਿ ਬਰੀਨੀ ਲੀਡਰ ਹੋਣਾ ਚਾਹੀਦਾ ਇਸ ਦਾ ਨਾਮ ਮੈਂ ਐਕਚੁਅਲੀ ਬਈ ਨਾ ਸ਼ੁਰੂ ਚ ਇੱਕੋ ਹੀ ਨਾਮ ਲੈ ਕੇ ਘੁੰਮਦਾ ਸੀ ਕਿ ਬਰੀਆਨੀ ਮੈਨੇਜਮੈਂਟ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਬਰੀਆਨੀ ਮੈਨੇਜਮੈਂਟ ਹੋਣਾ ਚਾਹੀਦਾ ਸੀ ਫਿਰ ਅਸੀਂ ਜਦੋਂ ਇੱਕ ਗਰੁੱਪ ਫਾਰਮ ਕੀਤਾ ਪਬਲਿਸ਼ਰ ਦੇ ਨਾਲ ਫਿਰ ਸਾਰੇ ਨਾ ਐਕਸਚੇਂਜ ਕਰਦੇ ਸੀ ਅਸੀਂ ਆਈਡੀਆ ਤੇ ਸਾਰਿਆਂ ਨੇ ਇਹ ਕਿਹਾ ਕਿ ਹਰਪਾਲ ਲੀਡਰ ਤੇ ਇੱਕੋ ਹੀ ਹੁੰਦਾ ਹੈ ਠੀਕ ਹੈ ਨਾ ਖਾਣੇ ਚੇਵੀ ਐਸ ਵੇਲੇ ਤੁਸੀਂ ਦੇਖੋਗੇ ਜਿੰਨੇ ਲੋਕ ਕੀ ਆਰਡਰ ਕਰਦੇ ਨਾ ਉਹ ਇੱਕੋ ਹੀ ਚੀਜ਼ ਆਰਡਰ ਕਰਦੇ ਬਿਰਿਆਨੀ ਕਿਉਂਕਿ ਇੱਕ ਤੇ ਬਿਰਿਆਨੀ ਕੰਪਲੀਟ ਮੀਲ ਹੁੰਦੀ ਹੈ ਠੀਕ ਹੈ ਜੀ ਕੰਪਲੀਟ ਮੀਲ ਤੁਹਾਨੂੰ ਕੁਝ ਨਾ ਵੀ ਰਵੇ ਤੁਸੀਂ ਤੁਹਾਨੂੰ ਬਿਰਿਆਨੀ ਮਿਲ ਜਾਏ ਤੁਸੀਂ ਇੱਕ ਸਵਾਦ ਲੈ ਸਕਦੇ ਹੋ ਉਸ ਬਿਰਿਆਨੀ ਦੇ ਅੰਦਰ ਤੁਸੀਂ ਦੇਖੋਗੇ 50 ਤਰੀਕੇ ਦੀਆਂ ਚੀਜ਼ਾਂ ਪੈਂਦੀਆਂ ਬਟ ਤੁਹਾਨੂੰ ਜਦੋਂ ਫਲੇਵਰ ਆ ਜਾਵੇ ਨਾ ਇਹ ਬਿਰਿਆਨੀ ਖਾ ਰਹੇ ਤੁਸੀਂ ਇਹ ਸੋਚੋ ਤੂੰ ਇਹ ਨਹੀਂ ਖਾ ਰਿਹਾ ਇਲਾਇਚੀ ਖਾ ਰਿਹਾ ਹੈ ਦਾਲਚੀਨੀ ਖਾ ਰਿਹਾ ਹੈ ਚੌਲ ਖਾ ਰਿਹਾ ਹੈ ਬਰਾਊਨ ਆਨੀਅਨ ਖਾ ਰਿਹਾ ਹੈ ਪੁਦੀਨਾ ਖਾ ਰਿਹਾ ਹੈ ਜਾਂ ਜਿਹੜਾ ਵੀ ਪ੍ਰੋਟੀਨ ਹੁੰਦਾ ਉਹ ਖਾ ਤੂੰ ਕਹਿੰਦਾ ਬਿਰਿਆਨੀ ਖਾ ਰਿਹਾ ਹੈ 50 ਤੋਂ 100 ਚੀਜ਼ਾਂ ਪਹਿਨ ਦੇ ਬਾਅਦ ਇੱਕੋ ਹੀ ਫਲੇਵਰ ਆਇਆ ਤੂੰ ਲੀਡਰ ਇੱਕੋ ਹੀ ਹੁੰਦਾ ਹੈ ਤੇ ਫਿਰ ਅਸੀਂ ਜਦੋਂ ਸਾਰੇ ਨੇਮਸ ਡਿਸਾਈਡ ਕੀਤੇ ਫਿਰ ਸਾਨੂੰ ਲੱਗਾ ਕਿ ਨਾ ਹੀ ਲੀਡਰ ਤੇ ਇੱਕੋ ਹੀ ਹੁੰਦਾ ਉਹ ਬਿਰਿਆਨੀ ਹੈ ਔਰ ਵੈਸੇ ਵੀ ਆਰਗੇਨਾਈਜੇਸ਼ਨ ਚ ਲੀਡਰ ਇੱਕੋ ਹੀ ਹੁੰਦਾ ਉਹਨੂੰ ਲੀਡਰ ਹੀ ਕਿਹਾ ਜਾਂਦਾ ਤੇ ਇਸ ਕਰਕੇ ਫਿਰ ਨਾਮ ਬਿਰਿਆਨੀ ਲੀਡਰ ਰੱਖਤਾ ਜੀ ਸਰ 10 ਸਾਲ ਲੱਗੇ ਕਿਤਾਬ ਲਿਖਣ ਨੂੰ ਇੰਨੇ ਦੇ ਵਿੱਚ ਤਾਂ ਬੰਦਾ ਕੋਈ ਹਜ਼ਾਰਾਂ ਕਿਤਾਬਾਂ ਲਿਖ ਦਿੰਦਾ ਤੁਸੀਂ 10 ਸਾਲ ਦੇ ਵਿੱਚ ਇੱਕ ਹੀ ਲਿਖੀ ਹੈ ਜੀ ਇਹ ਸਰ ਮੈਂ ਤੁਹਾਨੂੰ ਦੱਸਾਂ ਕਿ ਇਹ ਜਦੋਂ ਸਬਜੈਕਟ ਮੈਟਰ ਜਿਹੜਾ ਹੁੰਦਾ ਨਾ ਉਹ ਇੱਕਦਮ ਅਲੱਗ ਹੋਵੇ ਉਦੀ ਸੋਚ ਅਲੱਗ ਹੋਵੇ ਹੁਣ ਵੀ ਮੈਨੂੰ ਲੱਗਦਾ ਕਿ ਕਈ ਸਾਰੀਆਂ ਚੀਜ਼ਾਂ ਇਹਦੇ ਚ ਮਿਸਿੰਗ ਹੈ ਹੈਨਾ ਤੇ ਅਸੀਂ ਡੈਫੀਨਿਟਲੀ ਹੁਣ ਪ੍ਰੋਸੈਸ ਸ਼ੁਰੂ ਕਰਤਾ ਕਿ ਇਹਦਾ ਸਬਜੈਕਟ 2 ਆਏਗੀ ਇਹਦੀ ਪਾਰਟ 2 ਡੈਫੀਨਿਟਲੀ ਆਏਗਾ ਇਹ ਸੀਰੀਜ਼ ਕਰਾਂਗੇ ਬਟ ਇਹ ਬਹੁਤ ਕਲਾਸਿਕ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਉਹ ਰਿਲੇਟ ਕਰਦਾ ਜਿਹੜੀਆਂ ਚੀਜ਼ਾਂ ਹੁਣ ਮੈਂ ਦੱਸਦਾ ਲੋਕਾਂ ਨੂੰ ਲੋਕੀ ਫਟਾਫਟ ਰਿਲੇਟ ਕਰ ਲੈਂਦੇ ਹਾਂ ਯਾਰ ਇਹ ਤੇ ਬਿਲਕੁਲ ਠੀਕ ਆ ਮੈਂ ਜਿਸ ਤਰ੍ਹਾਂ ਕਹਿੰਦਾ ਨਾ ਕਿ ਤੇਲ ਚ ਤੁਸੀਂ ਜੀਰਾ ਪਾ ਲਓ ਉਹਦੇ ਬਾਅਦ ਤੁਸੀਂ ਸਰੋਂ ਪਾ ਦੋ ਠੀਕ ਐ ਸਥੋੜੀ ਦੇਰ ਬਾਅਦ ਸਰੋਂਾਂ ਫਟਣ ਲੱਗੇਗੀ ਠੀਕ ਐ ਉਹਦੇ ਨਾਲ ਜਿਹੜੀਆਂ ਚੀਜ਼ਾਂ ਬਾਹਰ ਦੂਜਿਆਂ ਨੂੰ ਉਹ ਇਹ ਮਤਲਬ ਜਿਸ ਤ세 ਕਹਿੰਦੇ ਨਾ ਕਿ ਇੱਕ ਆਰਗੇਨਾਈਜੇਸ਼ਨ 'ਚ ਸਾਰੇ ਬਹਿ ਕੇ ਕੰਮ ਕਰ ਰਹੇ ਇੱਕ ਬੰਦਾ ਅਚਾਨਕ ਆਇਆ ਉਹਦੀ એનર્ਜੀ ਦੇ ਨਾਲ ਅਚਾਨਕ ਸਾਰੇ ਉੱਠ ਕੇ ਹਾਂ ਭਈ ਇਹ ਬੰਦਾ ਆ ਗਿਆ ਵਧੀਆ ਲੱਗ ਰਿਹਾ ਤੇ ਇਸ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਹੋਰ ਵੀ ਲਿਖੀ ਜਾ ਰਿਹਾ ਹਾਂ ਹੋਨ ਡੈਫੀਨੇਟਲੀ ਆਉਣਗੇ 10 ਸਾਲ ਇਸ ਕਰਕੇ ਲੱਗ ਗਏ ਕਿ ਕੋਈ ਸਬਜੈਕਟ ਬਹੁਤ ਹੀ ਅਲੱਗ ਹੈ ਠੀਕ ਹੈ ਇਹਦੀ ਸੋਚ ਇਹਦੇ ਵਾਸਤੇ ਸੋਚਣਾ ਇੱਕ ਡਿਫਰੈਂਸ਼ੀਏਟਰ ਹੈ ਤੇ ਉਹ ਕ੍ਰੀਏਟ ਕਰਦੇ ਕਰਦੇ ਮੈਨੂੰ ਸਮਾਂ ਲੱਗ ਗਿਆ ਜੀ ਤੇ ਹੁਣ ਸ਼ਾਇਦ ਜਿਹੜੀਆਂ ਸੀਰੀਜ਼ ਕੱਢਾਂਗੇ ਉਹ ਡੈਫੀਨੇਟਲੀ ਛੇਤੀ ਕਰਾਂਗੇ ਬਟ ਇਹਦੇ ਨਾਲ ਨਾਲ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਕਿਸ ਤਰ੍ਹਾਂ ਆਈਆਈਐਮਸ ਫੋਰ ਮੈਨੇਜਮੈਂਟ ਇੰਸਟੀਟਿਊਟਸ ਵਾਸਤੇ ਟ੍ਰੇਨਿੰਗ ਮੋਡਿਊਲਸ ਕੱਢੀਏ ਤੇ ਇਹ ਬਹੁਤ ਵੱਡਾ ਕੰਮ ਕਰਾਂਗੇ ਜੀ ਇਹਦੇ ਰਿਲੇਟਡ ਸਰ ਕਿਵੇਂ ਦੇਖਦੇ ਹੋ ਲਗਾਤਾਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਰਟ 2 ਵੀ ਇਸ ਦਾ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਬਰੀਕੀਆਂ ਰਹਿ ਗਈਆਂ ਉਸ ਦੇ ਵਿੱਚ ਜਿਹੜੀਆਂ ਦੱਸ ਸੀ ਇੱਕ ਸਸਪੈਂਸ ਕ੍ਰੀਏਟ ਕਰਤਾ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਦੇਖਦੇ ਨੇ ਉਹਨਾਂ ਦੇ ਲਈ ਸਸਪੈਂਸ ਕ੍ਰੀਏਟ ਹੋ ਚੁੱਕਿਆ ਉਹ ਉਹ ਦੇਖਣਗੇ ਕਿ ਵੀ ਹੁਣ ਪਾਰਟ 2 ਚ ਕੀ ਹੋਏਗਾ ਵੀ ਇਸ ਦੇ ਵਿੱਚ ਦੇਖਾਂਗੇ ਖਾਸ ਤੌਰ ਬਿਲਕੁਲ ਕਿਉਂਕਿ ਪਹਿਲੀ ਗੱਲ ਤੇ ਇਹ ਹੈ ਜੀ ਸਭ ਤੋਂ ਪਹਿਲਾਂ ਬੰਦਾ ਸੋਚਦਾ ਜਦੋਂ ਮੇਰੇ ਬਾਰੇ ਤੇ ਸੋਚਦਾ ਕਿ ਖਾਣੇ ਦੀ ਕਿਤਾਬ ਹੋਏਗੀ ਠੀਕ ਹੈ ਨਾ ਜਦੋਂ ਅਸੀਂ ਕਹਿੰਨੇ ਕਿ ਨਹੀਂ ਖਾਣੇ ਦੀ ਕਿਤਾਬ ਨਹੀਂ ਹੈ ਇਹ ਮੈਨੇਜਮੈਂਟ ਪ੍ਰਿੰਸੀਪਲਸ रिलेटेड टू फूड ओधी किताब ते कि कि पड़ी पड़ी है।, कि है ते बंदा फिर एक्साइट हो ਜਾਂਦਾ ਕਿ ਕਹਿੰਦਾ ਕਿ ਭਾਈ ਚਲੋ ਪੜੀਏ ਉਹ ਪੜਨ ਦੇ ਬਾਅਦ ਉਹ ਆਪ ਸੋਚਣ ਲੱਗ ਪੈਂਦਾ ਕਿ ਇਹ ਵੀ ਹੋ ਸਕਦਾ ਇਹ ਬਹੁਤ ਵਧੀਆ ਚੀਜ਼ ਹੈ ਤੇ ਅਸੀਂ ਕੀ ਕੀਤਾ ਇੱਕ ਨਵੀਂ ਸੋਚ ਤਿਆਰ ਕਰਤੀ ਲੋਕਾਂ ਚ ਮੇਰੇ ਜਿਹਨੇ ਸ਼ੈਫ ਸਿਆ ਮੇਰੇ ਜਿਹਨੇ ਆਈ ਐਚ ਐਮ ਦੇ ਬੰਦੇ ਆ ਹੋਟਲ ਮੈਨੇਜਮੈਂਟ ਦੇ ਬੰਤੇ ਆ ਉਹਨਾਂ ਵਾਸਤੇ ਇਹ ਅਸੀਂ ਕਰਤਾ ਕਿ ਤੁਸੀਂ ਅਲੱਗ हटके ਸੋਚੋ ਅਲਾਗ ਘਟ ਕੇ ਸੋਚੋਗੇ ਤੇ ਕਾਮਯਾਬ ਹੋਗੇ ਹੁਣ ਆਈ ਆਮ ਸੋਰ ਮੈਨੇਜਮੈਂਟ ਇੰਸਟੀਟਿਊਟਸ ਵਾਸਤੇ ਐਸੀ ਕਹਿ ਰਹੇ ਕਿ ਭਾਈ ਇਹ ਪ੍ਰਿੰਸੀਪਲ ਜਿਆ ਇਹ ਪ੍ਰੈਕਟੀਕਲ ਪ੍ਰਿੰਸੀਪਲ ਜਿਆ ਤੁਸੀਂ ਕਿਸ ਤਰ੍ਹਾਂ ਇੰਡਸਟਰੀ 'ਚ ਜਦੋਂ ਤੁਸੀਂ ਜਾਓਗੇ ਠੀਕ ਹੈ ਨਾ ਤੁਸੀਂ ਕਿਤੇ ਮੈਨੇਜਮੈਂਟ ਬਣੋਗੇ ਰੀਜਨਲ ਸੇਲਸ ਮੈਨੇਜਰ ਬਣੋਗੇ ਸੇਲਸ ਮੈਨੇਜਰ ਬਣੋਗੇ ਤੁਹਾਡੇ ਸਟਾਫ ਕਿਸ ਤਰ੍ਹਾਂ ਬਿਹੇਵ ਕਰਦੇ ਤੁਸੀਂ ਉਸ 'ਚ ਹਿਊਮਰ ਕਿਸ ਤਰ੍ਹਾਂ ਲੈ ਕੇ ਆਓਗੇ ਜਿਹੜਾ ਮੇਰਾ ਕੈਰੈਕਟਰ ਰਿਹਾ ਹਮੇਸ਼ਾ ਟੀਵੀ 'ਚ ਕਿਵੇਂ ਮੈਂ ਖਾਣਾ ਬਣਾਉਂਦੇ ਬਣਾਉਂਦੇ ਮਜ਼ਾਕੀਆ ਤਰੀਕੇ ਨਾਲ ਬਹੁਤ ਕੁਝ ਚੀਜ਼ਾਂ ਦੱਸ ਜਾਂਦਾ ਉਹ ਉਸ ਤਰ੍ਹਾਂ ਹੀ ਜਿੰਨੇ ਲੀਡਰ ਆ ਉਹ ਇਸ ਤਰ੍ਹਾਂ ਦੇ ਛੋਟੇ ਛੋਟੇ ਮੁਹਾਵਰੇ ਬਣਾ ਸਕਦੇ ਨੇ ਹੈ ਉਹ ਦੱਸ ਸਕਦੇ ਨੇ ਤੋ ਉਹ ਬਹੁਤ ਵਧੀਆ ਲੀਡਰ ਬਣ ਸਕਦੇ ਨੇ ਤੇ ਦੋਵੇਂ ਪਾਸੇ ਅਸੀਂ ਕਵਰ ਕੀਤਾ ਕਿ ਭਈ ਆਈ ਐਚ ਐਮ ਜਿਨੇ ਸ਼ੈਫਸ ਜਾਂ ਜਾਂ ਸਟੂਡੈਂਟਸ ਜਾਂ ਉਹਨਾਂ ਵਾਸਤੇ ਉਹਨਾਂ ਵਾਸਤੇ ਇੱਕ ਬਾਤ ਬ੍ਰੇਕਿੰਗ ਸੋਚ ਖੜੀ ਕਰਦੀ ਹੈ ਲੇਕਿਨ ਜਿਨੇ ਮੈਨੇਜਮੈਂਟ ਇੰਸਟੀਚਿਊਟ ਸੇ ਪੜਦੇ ਆ ਉਹਨਾਂ ਵਾਸਤੇ ਪ੍ਰੈਕਟੀਕਲ ਲੈਸਨਸ ਅਸੀਂ ਦਰਸਾ ਦਿੰਦੇ ਆ ਤੇ ਜੀ ਅਸਾ ਤੁਹਾਡੀ ਜੀਵਨੀ ਬਾਰੇ ਵੀ ਅਸੀਂ ਜਾਨਣਾ ਚਾਹਾਂਗੇ ਕਿਤਾਬ ਦੇ ਵਿੱਚ ਕੋਈ ਹੋਰ ਅਜਿਹੀ ਕੋਈ ਗੱਲ ਜੋ ਸਾਂਝੀ ਕਰਨਾ ਚਾਹੂੰ ਖਾਸ ਤੌਰ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਜੀਵਨੀ ਦੀ ਵੀ ਤੁਹਾਡੇ ਨਾਲ ਸ਼ੁਰੂਆਤ ਕਰਾਂਗੇ ਜੀ ਕਿਤਾਬ ਦੇ ਬਾਰੇ ਮੈਨੂੰ ਇੰਜ ਲੱਗਦਾ ਕਿ ਮੈਂ ਜਿੰਨੀਆਂ ਪ੍ਰੈਕਟੀਕਲ ਚੀਜ਼ਾਂ ਹੈ ਨਾ ਉਹ ਦੱਸਿਆ ਇੱਕ ਇੱਕ ਕਲਾਸਿਕ ਚੀਜ਼ ਮੈਂ ਦੱਸਦਾ ਜੀ ਮੈਂ ਜਦੋਂ ਟ੍ਰੇਨਿੰਗ ਕਰ ਰਿਹਾ ਸੀ ਨਾ ਮੇਰਾ ਇੱਕ ਸ਼ੈਫ ਹੁੰਦਾ ਸੀ ਰਾਮ ਮਿਲਨ ਤੇ ਉਹ ਜਦੋਂ ਮੈਂ ਉਹ ਚੀਜ਼ਾਂ ਕੀਤੀਆਂ ਤੇ ਮੈਨੂੰ ਲੱਗਾ ਨਹੀਂ ਕਿ ਇਹ ਮੈਨੇਜਮੈਂਟ ਦੇ ਨਾਲ ریلیਟਡ ਆ ਮੈਂ ਉਹਨਾਂ ਦੇ ਨਾਲ ਸਿੱਖਦਾ ਸੀ ਪੁਰਾਣੇ ਜ਼ਮਾਨੇ 'ਚ ਨਾ ਉਸਤਾਦ ਖੇਤੀ ਸਿਖਾਉਂਦੇ ਨਹੀਂ ਸੀ ਚੀਜ਼ਾਂ ਰਾਈਟ ਤੇ ਅਸੀਂ ਕੀ ਕਰਦੇ ਸੀ ਕਿ ਬਾਈ ਜਾ ਕੇ ਖੜੇ ਹੋ ਜਾਂਦੇ ਸੀ ਕਈ ਮੇਰੇ ਸ਼ੈਫ ਜਿਹੜੇ ਹੁੰਦੇ ਸੀ ਉਹ ਇਰੀਟੇਟ ਹੋ ਜਾਂਦੇ ਸੀ ਉਹ ਇਹ ਸੋਚਦੇ ਸੀ ਕਿ ਇਹ ਕਿਸ ਤਰ੍ਹਾਂ ਮਤਲਬ ਬਿਹੇਵ ਕਰਦੇ ਸ਼ੈਫ ਸਾਹਿਬ ਜਿਹੜੇ ਰਾਮ ਮਿਲਨ ਸ਼ੈਫ ਸੀ ਇਹ ਬਿਹੇਵ ਕਿਸ ਤਰ੍ਹਾਂ ਕਰਦੇ ਯਾਰ ਇਹਨਾਂ ਨੂੰ ਲੋਕਾਂ ਨਾਲ ਆਉਂਦਾ ਨਹੀਂ ਡੀਲ ਕਰਨਾ ਠੀਕ ਹੈ ਲੇਕਿਨ ਜਦੋਂ ਮੈਂ ਗਿਆ ਉਹਨਾਂ ਨਾਲ ਕੰਮ ਕਰਨ ਵਾਸਤੇ ਤਾਂ ਮੈਨੂੰ ਸਾਰਿਆਂ ਨੇ ਕਿਹਾ ਕਿ ਬਸ ਇੱਕ ਹਫ਼ਤੇ ਕੰਮ ਕਰੇਗਾ ਤੂੰ ਉਸਕੇ ਉੱਪਰ ਨਹੀਂ ਕਰੇਗਾ ਮੈਂ ਕਿਹਾ ਠੀਕ ਹੈ ਚਲੋ ਜੀ ਰਾਮ ਮਿਲਨ ਸਾਹਿਬ ਦੇ ਨਾਲ ਅਸੀਂ ਕੰਮ ਕਰਨ ਗਏ ਦੇਖਿਆ ਹਰਪਾਲ ਸਾਰੇ ਭਾਂਡੇ ਲਿਆ ਅਸੀਂ ਭਾਂਡੇ ਲੈ ਆਂਦੇ ਤੂ ਤਾਂ ਇਕੱਲਾ ਦਿਨ ਨਿਕਲ ਗਿਆ ਲੇਕਿਨ ਸਾਰੇ ਲੈ ਆ ਕੇ ਉਹਨੂੰ ਦੇਤੇ ਫਿਰ ਅਗਲੇ ਦਿਨ ਤੋਂ ਮੈਨੂੰ ਸਮਝ ਆਇਆ ਕਿ ਇਹਨੂੰ ਭਾਂਡਿਆਂ ਦੀ ਲੋੜ ਪੈਂਦੀ ਹੈ ਅਸੀਂ ਪਹਿਲਾਂ ਹੀ ਭਾਂਡੇ ਲੈ ਆ ਕੇ ਰੱਖਦੇ ਹਾਂ ਠੀਕ ਹੈ ਉਹਦੇ ਬਾਅਦ ਜਦੋਂ ਦੇਖਿਆ ਬੰਦੇ ਨੇ ਭਾਂਡੇ ਲੈ ਆ ਕੇ ਰੱਖਤੇ ਫਿਰ ਕਹਿੰਦਾ ਕਿ ਆਹ ਕੱਟਦੇ ਉਹ ਕੱਟਦੇ ਆ ਫਿਰ ਮੈਨੂੰ ਲੱਗਾ ਕਿ ਇਹ ਜਦੋਂ ਖਾਣਾ ਬਣਾਉਣ ਲੱਗਦਾ ਇਹਨੂੰ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਉਹ ਅਸੀਂ ਪਹਿਲਾਂ ਹੀ ਤਿਆਰ ਕਰਕੇ ਰੱਖਤੀਏ ਫਿਰ ਅਗਲੇ ਦਿਨ ਉਹਨੇ ਦੇਖਿਆ ਕਿ ਇਹ ਤੇ ਤਿਆਰ ਕਰਕੇ ਰੱਖਤੀਆਂ ਚੀਜ਼ਾਂ ਨਾ ਫਿਰ ਕਹਿੰਦਾ ਹਰਪਾਲ ਚਾਲ ਆਇਆ ਯਾਰ ਫਿਰ ਅਧਰਗ ਵਾਲੀ ਚਾਲ ਆਇਆ ਫਿਰ ਆ ਚਾਲ ਆ ਫਿਰ ਅਗਲੇ ਦਿਨ ਕਾਫੀ ਲਿਆ ਤੇ ਜਿੰਨੀਆਂ ਚੀਜ਼ਾਂ ਉਹ ਕਹੀ ਗਏ ਮੈਂ ਪਹਿਲਾਂ ਤੋਂ ਤਿਆਰੀਆਂ ਕਰਦਾ ਗਿਆ ਫਿਰ ਇੱਕ ਦਿਨ ਆਇਆ ਉਹਨਾਂ ਨੇ ਮੈਨੂੰ ਸੱਦਿਆ ਕਹਿੰਦੇ ਹਰਪਾਲ ਜੀ ਮੇਰਾ ਜੀਵਨ ਗੁਜ਼ਰ ਗਿਆ ਲੇਕਿਨ ਮੈਨੂੰ ਤੁਹਾਡੇ ਵਰਗਾ ਬੰਦਾ ਨਹੀਂ ਮਿਲਿਆ ਹੁਣ ਤੁਸੀਂ ਮੇਰੇ ਨਾਲ ਰਹੋ ਮੈਂ ਤੇ ਅਨਪੜ੍ਹ ਬੰਦਾ ਹੈ ਲੇਕਿਨ ਤੁਸੀਂ ਮੇਰਾ ਨਾ ਸਿਰਫ ਹੱਥ ਨੋਟਿਸ ਕਰਦੇ ਰਹੋ ਠੀਕ ਹੈ ਇਹ ਮੈਂ ਜਦੋਂ ਮਸਾਲੇ ਪਾਉਂਦਾ ਨਾ ਹਾ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਰਿਹਾ ਤੂੰ ਉਹ ਨੋਟਿਸ ਕਰਦੇ ਰਹੋ ਤੇ ਡਿਸ਼ ਦਾ ਨਾਮ ਨੋਟਿਸ ਕਰਦੇ ਰਹੋ ਤੇ ਤੁਸੀਂ ਬਾਕੀ ਪੜੇ ਲਿਖਿਓ ਲਿਖਦੇ ਜਾਓ ਤੇ ਮੈਂ ਉਹ ਕਰਕੇ ਦੇਖਿਆ ਕਿ ਭਾਈ ਇਹ ਕਮਾਲ ਦੀ ਚੀਜ਼ ਦਸੀ ਇਹਨਾਂ ਨੇ ਮੈਨੂੰ ਹੁਣ ਇਹਦੇ ਚ ਦੋ ਚੀਜ਼ਾਂ ਨਿਕਲੀਆਂ ਠੀਕ ਹੈ ਨਾ ਹਾਊ ਟੂ ਪ੍ਰੀਪ੍ਰੇਅਰਿੰਗ ਤੇ ਜਪਾਨੀਸ 5s ਪ੍ਰਿੰਸੀਪਲ ਆ ਗਿਆ ਜੀ ਠੀਕ ਹੈ ਜੀ ਸੈਟ ਸ਼ਾਈਨ ਸਟੈਂਡਰਡਾਈਜ਼ ਸਭ ਚੀਜ਼ਾਂ ਜਿਹੜੀਆਂ ਹੁੰਦੀਆਂ ਮੈਨੇਜਮੈਂਟ ਦੀਆਂ ਜਿਹੜਾ ਮੈਨੂਫੈਕਚਰਿੰਗ ਦੀਆਂ ਉਹ ਮੈਂ ਤਿਆਰ ਕਰਤੀਆਂ ਠੀਕ ਹੈ ਦੂਜੀ ਚੀਜ਼ ਸੀ how to win over friends how to win over your boss eh cheez sik gaya main ke bhai boss nu jehdiyan cheezan chahidiyan pehlan kar lo theek hai eh cheezan sikha de tiji jehdi ram milan ne sikhayi bhai kinna release karna hai kinna kithe knowledge release karni hai kinni deni aa mutthi ch te eh sariyan cheezan is book ch bahut interesting tareeke na jehdi practical cheezan hundiyan onu management na jodtiyan ਸੋਕੀ ਸਰ ਜਿਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ بڑے ਸੁਪਨੇ ਹੁੰਦੇ ਨੇ ਕਿ ਮੈਂ ਇਹ ਕੁਝ ਹਾਸਲ ਕਰਨਾ ਤਾਂ ਤੁਹਾਡੀ ਬੁੱਕ ਵੀ ਰਿਲੀਜ਼ ਹੋ ਚੁੱਕਿਆ ਪੂਰੇ ਵਰਲਡ ਦੇ ਵਿੱਚ ਤੁਹਾਡਾ ਨਾਮ ਹੈਗਾ ਤਾਂ ਜੀਵਨ ਫਿਰ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਸੀਗਾ ਕਿ ਸ਼ੈਫ ਹੀ ਬੰਨਾ ਇਹ ਕਿਹੜੀਆਂ-ਕਿਹੜੀਆਂ ਮੁਸੀਬਤਾਂ ਜਿਹੜੀਆਂ ਨੇ ਚੱਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਜੀ ਦੇਖੋ ਜੀ ਸਾਰੇ ਜਿਹਨੇ ਜਿਹਨੇ ਛੋਟੇ ਸ਼ਹਿਰਾਂ 'ਚ ਰਹਿੰਦੇ ਨੇ ਨਾ ਜਿਨ੍ਹਾਂ ਦੇ ਮਾਤਾ-ਪਿਤਾ ਨੂੰ ਇਹ ਆਸਰਾ ਹੁੰਦਾ ਕਿ ਬੇਟਾ ਜਿਹੜਾ ਹੈ ਨਾ ਛੇਤੀ-ਛੇਤੀ ਨੌਕਰੀ 'ਚ ਲੱਗਦਾ ਹੈ ਤਾਂ ਕਿ ਪਰਿਵਾਰ ਨੂੰ ਸਪੋਰਟ ਕਰੇ ਭਾਈ ਅਸੀਂ ਵੀ ਸ਼ੁਰੂ ਚ ਇਹ ਹੁੰ ਕੀਤਾ ਸੀ ਕਿ ਕਿਉਂਕਿ ਖੜਕਪੁਰ ਚ ਜਨਮ ਹੋਇਆ ਸੀ ਉੱਥੇ ਇੱਕੋ ਹੀ ਚੀਜ਼ ਹੁੰਦੀ ਸੀ ਕਿ ਆਈਟੀ ਚਲੇ ਜਾਏ ਬੰਦਾ ਆਖਿਰ ਚ ਇਹ ਹੁੰਦਾ ਸੀ ਕਿ ਆਈਟੀ ਨਹੀਂ ਹੋਇਆ ਚਲੋ ਰੇਲਵੇ ਚ ਚਲੇ ਜਾਏ ਜਾਂ ਗਵਰਨਮੈਂਟ ਸਰਵਿਸ ਕਮਿਸ਼ਨ ਚ ਚਲੇ ਜਾਏ ਭਾਈ ਉਹਨ ਸਾਡੇ ਵੱਡੇ ਭਾਈ ਸਾਹਿਬ ਵੀ ਸਟਰਗਲ ਕਰ ਰਹੇ ਸੀ ਉਹਦਾ ਵੀ ਉਹਨਾਂ ਦਾ ਵੀ ਆਈਟੀ ਚ ਨਹੀਂ ਹੋਇਆ ਹੁਣ ਉਮਰ ਗੁਜ਼ਰਦੀ ਜਾ ਰਹੀ ਸੀ ਉਸ ਵੇਲੇ ਕੀ ਹੁੰਦਾ ਸੀ 27 ਸਾਲ ਬਾਅਦ ਤੁਸੀਂ ਜਿਹੜੇ ਨਾ ਪਬਲਿਕ ਸਰਵਿਸ ਕਮਿਸ਼ਨ ਐਗਜ਼ਾਮ ਵੀ ਨਹੀਂ ਦੇ ਸਕਦੇ ਏਜ ਤੇ ਇੱਕ ਲਿਮਟ ਹੁੰਦਾ ਸੀ ਹੁਣ ਇਹ ਚੈਲੰਜ ਉਹ ਫੇਸ ਕਰ ਰਹੇ ਸੀ ਉਹਨਾਂ ਨੇ ਕਿਹਾ ਹਰਪਾਲ ਮੈਂ ਤੇ ਇਹ ਚੈਲੰਜ ਫੇਸ ਕਰ ਰਿਹਾ ਤੂੰ ਵੀ ਜੇ ਇਹੋ ਹੀ ਚੈਲੰਜ ਫੇਸ ਕਰੇਗਾ ਤੇ ਇਹ ਦਿੱਕਤ ਆ ਜਾਏਗੀ ਠੀਕ ਹੈ ਨਾ ਫਿਰ ਅਸੀਂ ਕਿਹਾ ਕਿ ਭਾਈ ਇਹ ਕੰਮ ਕਰਦੇ ਆ ਸਕਿੱਲ ਵਾਲਾ ਕੋਈ ਨਾ ਕੋਰਸ ਕਰ ਲੈਣ ਤੇ ਭਾਈ ਸਾਹਿਬ ਨੇ ਦੇਖਿਆ ਉਹਨਾਂ ਦਾ ਫਰੈਂਡ ਸੀ ਨੇਬਰ ਉਹਨਾਂ ਨੇ ਆਈਚਐਮ ਕੀਤਾ ਸੀ ਉਹ ਆਈਚਐਮ ਕਰਨ ਦੇ ਬਾਅਦ ਨੌਕਰੀ ਲੱਗੀ ਉਹ ठाट-ਬਾਟ ਸੂਟ-ਬੂਟ ਨਾਲ ਤੇ ਉਹ ਵਾਪਸ ਆਉਂਦੇ ਸੀ ਅਸੀਂ ਕਿਹਾ ਯਾਰ ਇਹ ਕੰਮ ਠੀਕ ਹੈ ਯਾਰ ਇਹ ਤੇ ਬੰਦਾ ਸੂਟ-ਬੂਟ ਆਉਂਦਾ ਇਹਨੇ ਜ਼ਰੂਰ ਕੁਝ ਸਿੱਖੀ ਕੀਤਾ ਹੋਣਾ ਲਾਈਕ ਤੇ ਦੇਖਿਆ ਕਿ ਉਹਨੇ ਹੋਟਲ ਮੈਨੇਜਮੈਂਟ ਕੀਤਾ ਨੌਕਰੀ ਲੱਗ ਗਈ ਤੇ ਭਾਈ ਸਾਹਿਬ ਨੇ ਕਿਹਾ ਯਾਰ ਇਹ ਕਰ ਲੈ ਕਿਉਂਕਿ ਨਾ ਇਹ ਤੂੰ ਕੁਝ ਹੋਰ ਨਾ ਹੋਵੇ ਤੂੰ ਵੇਟਰ ਬਣ ਜਾਏਗਾ ਤੇ ਪਰਿਵਾਰ ਦੀ ਸਪੋਰਟ ਤੈਨੂੰ ਮੈਂ ਤੂੰ ਕਰ ਸਕੇਗਾ ਤੇ ਅਸੀਂ ਜੀ ਇਹ ਚੱਕਰਾਂ ਸੀ ਚਲੇ ਗਏ ਕਰਨ ਵਾਸਤੇ ਆਈ ਐਚਐਮ ਲੇਕਿਨ ਉੱਥੇ ਜਾ ਕੇ ਪਤਾ ਚੱਲਿਆ ਕਿ ਸ਼ੈਫ ਜਿਹੜਾ ਹੁੰਦਾ ਨਾ ਕੁਝ ਅਲਫਾਜ਼ ਸਾਨੂੰ ਸੁਣਾਈ ਦਿੱਤੇ ਤੀਜੇ ਮਹੀਨੇ ਸਾਨੂੰ ਸਮਝ ਆਇਆ ਕਿ ਬਈ ਸਾੜ ਦੀ ਜਿਹੜੇ ਦਿਲ ਦੀ ਆਵਾਜ਼ ਆ ਉਹ ਸ਼ੈਫ ਨਾ ਮਿਲਦੀ ਆ ਉਪਰੋਂ ਜਿਹੜੀ ਆਵਾਜ਼ ਆ ਰਹੀ ਹੈ એનર્ਜੀ ਆਲ ਮਾਈਟੀ ਦੀ ਉਹ ਵੀ ਸ਼ੈਫ ਨਾਲ ਜੁੜ ਰਹੀ ਹੈ ਤੇ ਅਸੀਂ ਕਿਹਾ ਕਿ ਭਾਈ ਜੋ ਕੰਮ ਕਰਾਂਗੇ ਸਿਰਫ ਸ਼ੈਫ ਬਣਨ ਵਾਸਤੇ ਕਰਾਂਗੇ ਫਿਰ ਸ਼ੈਫ ਬਣਨ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਮਿਹਨਤ ਦੀ ਲੋੜ ਸੀ ਫੋਕਸ ਦੀ ਲੋੜ ਸੀ ਕਿਤਾਬਾਂ ਦੀ ਲੋੜ ਸੀ ਉਸ ਵੇਲੇ ਇੰਟਰਨੈਟ ਨਹੀਂ ਹੁੰਦੇ ਸੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਨੌਲੇਜ ਗੇਨ ਕਰਨ ਵਾਸਤੇ ਅਸੀਂ ਉਹ ਸਾਰੀਆਂ ਇਨਕੁਆਇਰ ਕੀਤੀਆਂ ਓਵਰ ਅ ਪੀਰੀਅਡ ਆਫ ਟਾਈਮ ਮਿਹਨਤ ਕਰੀ ਗਏ ਜੀ ਫੋਕਸ ਨਹੀਂ ਛੱਡਿਆ ਤੇ ਫੋਰਸ ਫੋਕਸ ਦੇ हिसाब ਨਾਲ ਅੱਜ ਵੀ ਮਿਹਨਤ ਕਰਦੇ ਆ ਅੱਜ ਵੀ ਉਨੀ ਮਿਹਨਤ ਕਰਦੇ ਆ ਓਨੈਸਟਲੀ ਅੱਜ ਕੋਈ ਮਿਹਨਤ ਘੱਟ ਘਟ ਨਹੀਂ ਹੋਈ ਪਹਿਲਾਂ ਤਾਂ ਇਹ ਸਿੱਖੀ ਬਈ ਇੱਕ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਹਾਂ ਉਨਾਂ ਛੋਟਾ ਜਿਹਾ ਰਿਸਪੌਂਸਿਬਿਲਟੀ ਹੁੰਦੀ ਸੀ ਉਨ ਰਿਸਪੌਂਸਿਬਿਲਟੀ ਬਹੁਤ ਵੱਡੀ ਹੋ ਗਈ ਹੈ ਕਿਉਂਕਿ ਠੀਕ ਹੈ ਲੋਕੀ ਲੋਕਾਂ ਨੇ ਆ ਲੋਕਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਫੈਨ ਨੇ ਤੇ ਉਹ ਸਾਨੂੰ ਆਈਡਲ ਵਰਗੂ ਦੇਖਦੇ ਨੇ ਤੇ ਇਸ ਕਰਕੇ ਸਾਨੂੰ ਲੱਗਦਾ ਕਿ ਬਈ ਰਿਸਪੌਂਸਿਬਿਲਟੀ ਬਹੁਤ ਵੱਧ ਗਈ ਹੈ ਇੱਕਦਮ ਧਿਆਨ ਨਾਲ ਸਾਰਾ ਕੰਮ ਕਰਨਾ ਚਾਹੀਦਾ ਤੇ ਅਸੀਂ ਬਸ ਇਹ ਮਿਹਨਤ ਕਰੀ ਜਾ ਰਹੇ ਹਾਂ ਜੀ ਹਾਂ ਸੋ ਕਿ ਸਰ ਕਦੇ ਅਜੀਹਾ ਮੂਡ ਆਇਆ ਹੋਵੇ ਕਦੇ ਵੀ ਦਿਲ ਦੇ ਵਿੱਚ ਇਸ ਤਰ੍ਹਾਂ ਦਾ ਆ ਗਿਆ ਹੋਵੇ ਕਿ ਨਹੀਂ ਬਸ ਹੁਣ ਨਹੀਂ ਹੁਣ ਨਹੀਂ ਹੋਏਗਾ ਕੁਝ ਵੀ ਹਿੰਮਤ ਹਾਰੀ ਹੋਵੇ ਕਦੇ ਨਹੀਂ ਇਸ ਤਰ੍ਹਾਂ ਹੋਨੈਸਟਲੀ ਮੈਂ ਕਹਾਂ ਕਿ ਸ਼ੁਰੂ ਸ਼ੁਰੂ ਚ ਇਸ ਤਰ੍ਹਾਂ ਹੁੰਦਾ ਸੀ ਕਈ ਵਾਰ ਜਿਹੜੇ ਸਾਲ ਇੱਕ ਸਾਲ ਜਦੋਂ ਹੋਇਆ ਸੀ ਮੈਂ ਇੰਡਸਟਰੀ 'ਚ ਟ੍ਰੇਨਿੰਗ ਕੁੱਕ ਦਾ ਕੰਮ ਕਰ ਰਿਹਾ ਸੀ ਉਬਰੋ ਇਸ ਦੇ ਪਿਤਾ ਜੀ ਇੱਕ ਦੋ ਵਾਰ ਆਏ ਤੇ ਉਹਨਾਂ ਨੇ ਦੇਖਿਆ ਬਈ ਇਹ ਲੜਕਾ पांडे ਮਾਂਜੰਡਿਆ ਹੈ ਤੇ ਉਹਨਾਂ ਨੇ ਉਦੋਂ ਤੋਂ ਨਹੀਂ ਕੁਝ ਬੋਲਿਆ ਘਰ ਜਾ ਕੇ ਮੰਮੀ ਜੀ ਨੂੰ ਕਿਹਾ ਕਿ ਬਈ ਇਹ ਬਿਆਰ ਲੜਕਾ ਤੇ पांडे ਮਾਂਜੰਡਿਆ ਹੈ ਪਤਾ ਨਹੀਂ ਇਹਦਾ ਕੈਰੀਅਰ ਕਿਸ ਤਰ੍ਹਾਂ ਬਨੇਗਾ ਇਹਨੂੰ ਨਾ ਰੇਲਵੇ 'ਚ ਜੁਆਇਨ ਕਰਾ ਦੇਦੇ ਇਹਨੂੰ ਫੋਰਸ ਕਰਦੇ ਕਿ ਬਈ ਉਹ ਛੱਡ ਕੇ ਇਧਰ ਆ ਜਾ ਤੇ ਫਿਰ ਮੈਂ ਛੁੱਟੀ ਤੇ ਫਿਰ ਮੈਂ ਜਦੋਂ ਛੁੱਟੀਆਂ 'ਚ ਗਿਆ ਘਰ ਤੇ ਮਾਤਾ ਜੀ ਨੇ ਕਿਹਾ ਕਿ ਭਈ ਪਿਤਾ ਜੀ ਦਾ ਇਹ opinion ਆ ਤੂੰ ਦੇਖ ਲੈ ਇੱਕ ਵਾਰਾਂ ਤੈਨੂੰ ਲੱਗਦਾ ਤੇ ਗਵਰਨਮੈਂਟ ਦੀ ਨੌਕਰੀ ਲੱਗਦਾ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਛੱਡ ਦੇ ਤੇ ਮੈਂ ਉਦੋਂ ਹਿੰਮਤ ਨਹੀਂ ਆ ਰਹੀ ਸੀ ਮੈਂ ਕਿਹਾ ਨਹੀਂ ਇਹ ਅਸੀਂ ਜੋ ਕਰ ਰਹੇ ਹਾਂ ਠੀਕ ਆ ਤੁਸੀਂ ਖਾਲੀ ਸਪੋਰਟ ਕਰੀ ਜਾਓ ਫਿਰ ਪਿਤਾ ਜੀ ਨੇ ਇੱਕ ਚੀਜ਼ ਬਹੁਤ ਅੱਛੀ ਕਹੀ ਸੀ ਕਿ ਭਈ ਦੇਖੋ ਇਹਦੇ 'ਚ ਨਾ ਸਾਨੂੰ ਕੁਝ ਨਹੀਂ ਪਤਾ ਨਾ ਸ਼ੈਫ ਬਾਰੇ ਪਤਾ ਹੈ ਨਾ ਹੋਟਲ ਬਾਰੇ ਪਤਾ ਕਿਉਂਕਿ ਨਾ ਤਾਂ ਅਸੀਂ ਹੋਟਲਾਂ 'ਚ ਜਾ ਕੇ ਖਾਂਦੇ ਆ ਨਾ ਸਾਨੂੰ ਸ਼ੈਫ ਬਾਰੇ ਪਤਾ ਤੇ ਇਹਦੇ 'ਚ ਨਾ ਸਕਸੈਸ ਵੀ ਤੇਰਾ ਹੈ ਫੇਲਿਅਰ ਵੀ ਤੇਰਾ ਹੈ ਹੁਣ ਤੂੰ ਡਿਸਾਈਡ ਕਰ ਲੈ ਕਿ ਤੈਨੂੰ ਕਿਹੜੀ ਚੀਜ਼ ਹਾਸਲ ਕਰਨੀ ਹੈ ਤੇ ਫਿਰ ਉਹ ਚੀਜ਼ ਮੇਰੇ ਕੰਨਾਂ 'ਚ ਹੱਲੇ ਵੀ ਗੂੰਜਦੀ ਹੈ ਕਿ ਵੀ ਸਕਸੈਸ ਵੀ ਤੇਰਾ ਹੈ ਫੇਲਿਅਰ ਵੀ ਤੇਰਾ ਹੈ ਹੁਣ ਫੇਲਿਅਰ ਨੂੰ ਤੇ ਅਪਣਾ ਨਹੀਂ ਸਕਦੇ ਸਾਂ ਤੇ ਸクセਸ ਹੀ ਅਪਣਾਉਣੀ ਸੀ ਸਰ ਤੁਹਾਡਾ ਸਟਾਈਲ ਵੀ ਵੱਖਰਾ ਹੈ ਪੱਗ ਦਾ ਵੀ ਤੇ ਜੋ ਤੁਹਾਡੇ ਡਾਇਲੌگز ਨੇ ਉਹ ਵੀ ਵੱਖਰੇ ਨੇ ਉਹਨਾਂ ਤੋਂ ਡਾਇਲੌگز ਦੇ ਨਾਲ ਵੀ ਤੁਸੀਂ ਨਾਲੇ ਪੱਗ ਦਾ ਵੀ ਦੱਸਿਓ ਕਿਸ ਤਰੀਕੇ ਜੀ ਭਾਈ ਸਭ ਤੋਂ ਪਹਿਲਾਂ ਤੇ ਜਿਹੜਾ ਡਾਇਲੌਗ ਹੈ ਨਾ ਉਹ ਮੈਂ ਜਦੋਂ ਸ਼ੂਟ ਕਰ ਰਿਹਾ ਸੀ ਸੀਰੀਅਸ ਟੈਲੀਵਿਜ਼ਨ ਵਾਲੇ ਪਾਸੇ ਗਿਆ ਮੈਂ ਔਰ ਜਦੋਂ ਮੈਂ ਸ਼ੂਟ ਕਰ ਰਿਹਾ ਸੀ ਉਦੋਂ ਮੇਰੇ ਡਾਇਰੈਕਟਰ ਨੇ ਕਿਹਾ ਕਿ ਹਰਪਾਲ ਤੂੰ ਇਹੋ ਜਿਹਾ ਕੰਮ ਕਰਨਾ ਹੈ ਕਿ ਤੇਰੇ ਮਰਨ ਦੇ ਬਾਅਦ ਲੋਕੀ ਤੈਨੂੰ ਯਾਦ ਰੱਖਣ ਉਹਦੇ ਬਾਅਦ ਹੀ ਮੈਂ ਸ਼ੂਟ ਕਰਨਾ ਸ਼ੁਰੂ ਕਰਾਂਗਾ ਇਹ ਬੜੀ ਦਿੱਕਤ ਵਾਲੀ ਕੰਮ ਹੋ ਗਈ ਸੀ ਉਹ ਤਾਂ ਸ਼ੂਟ ਸਾਡ ਛੱਡ ਕੇ ਚਲੇ ਗਿਆ ਸੀ ਕਹਿੰਦੇ ਮੈਂ ਨਹੀਂ ਸ਼ੂਟ ਕਰਨਾ ਜਦ ਤੱਕ ਤੂੰ ਇਹ ਡਿਸਾਈਡ ਨਹੀਂ ਕਰੇਗਾ ਤੂੰ ਮੈਨੂੰ ਆ ਕੇ ਨਹੀਂ ਦੱਸੇਗਾ ਤੇ ਇਹ ਕਹਾਣੀ ਉਦੋਂ ਹੋ ਗਈ ਸੀ ਕਿ ਭਾਈ ਮੈਂ ਘਰ ਜਾ ਕੇ ਦੇਖਿਆ ਮੇਰੀ ਛੋਟੀ ਬੇਟੀ ਮਹਾਤਮਾ ਗਾਂਧੀ ਦੇ ਉੱਪਰ ਪੜ ਰਹੀ ਸੀ ਅਸੀਂ ਜਾ ਕੇ ਕਿਤਾਬ ਖੋਲੀ ਮਹਾਤਮਾ ਗਾਂਧੀ ਜੀ ਬਾਰੇ ਦੇਖਿਆ ਅਰੇ ਸੋਲਟ ਸਤਿਆਗ੍ਰਹਿ ਨਿਕਲਾ ਉਹ ਚੈਪਟਰ ਪੜਿਆ ਅਚਾਨਕ ਚੇਤੇ ਆਇਆ ਕਿ ਭਾਈ ਇਹ ਸੋਲਟ ਸਤਿਆਗ੍ਰਹਿ ਵਰਗੀ ਜਿਹੜੀ ਚੀਜ਼ ਆ ਇਨੀ ਛੋਟੀ ਜੀ ਚੀਜ਼ ਗਾਂਧੀ ਜੀ ਨੇ ਫੜੀ ਤੇ ਮਨਾ ਫਰੀडम ਸਗਲ ਵਾਲੇ ਪਾਸੇ ਤੁਰ ਪਏ ਮੈਂ ਕਿਹਾ ਖਾਣੇ 'ਚ ਵੀ ਛੋਟੀ ਜੀ ਜਿਹੜੀ ਚੀਜ਼ ਹੁੰਦੀ ਹੈ ਸਭ ਤੋਂ ਛੋਟੀ ਠੀਕ ਹੈ ਜਿਹੜੀ ਸਾਇਲੈਂਟ ਬਿਹੇਵੀਅਰ ਹੈ ਜਿਹਨੂੰ ਕਹਿੰਦੇ ਨਾ ਉਹ ਸੌਲਟ ਹੈ ਦੇਖੋ ਜੀ ਸੌਲਟ ਦਾ ਜ਼ਿਕਰ ਵੀ ਕਦੋਂ ਹੁੰਦਾ ਦੇਖੋ ਜਦੋਂ ਘੱਟ ਹੋ ਜਾਏ ਉਦੋਂ ਆਉਂਦਾ ਜਾਂ ਜ਼ਿਆਦਾ ਹੋ ਜਾਏ ਉਦੋਂ ਆਉਂਦਾ ਨਹੀਂ ਤੇ ਸੌਲਟ ਇਜ਼ ਦੀ ਸਾਇਲੈਂਟ ਪਲੇਅਰ ਜੋ ਇੱਕਦਮ ਕਲਾਸਿਕ ਲੀਡਰ ਹੁੰਦਾ ਨਾ ਉਹ ਕੀ ਕਹਿੰਦਾ ਕਿ ਭਾਈ ਮੈਂ ਆਪਣਾ ਕੰਮ ਕਰ ਲਿਆ ਬੰਦਿਆਂ ਨੇ ਨਾ ਟੀਮ ਨੇ ਸਕਸੈਸ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਸਿਰਫ ਗਾਈਡ ਕੀਤਾ ਸਾਲਟ ਦਾ ਓਵਰਪਲੇਰ ਉਹ ਵੀ ਇੱਥੇ ਜ਼ਿਕਰ ਕੀਤਾ ਹੈ ਮਤਲਬ ਸਾਲਟ ਦਾ ਓਵਰਪਲੇਰ ਤੇ ਇਹ ਫਿਰ ਸਾਨੂੰ ਜਦੋਂ ਲੱਗਾ ਕਿ ਇਹ ਸਾਲਟ ਸਭ ਤੋਂ ਵੱਡੀ ਚੀਜ਼ ਹੈ ਤੇ ਅਸੀਂ ਜਾ ਕੇ ਡਾਇਰੈਕਟਰ ਸਾਹਿਬ ਨੂੰ ਕਿਹਾ ਕਿ ਭਾਈ ਮਿਲ ਗਈ ਸਾਨੂੰ ਉਹ ਜਿੰਗਲ ਮਿਲ ਗਿਆ ਸਾਨੂੰ ਉਹ ਜੁਮਲਾ ਵੀ ਮਿਲ ਗਿਆ ਸਾਨੂੰ ਭਾਈ ਉਹਨੇ ਕਿਹਾ ਕੀ ਮੈਂ ਕਿਹਾ ਦੇਖੋ ਨਾ ਨਮਕ ਡਾਲਾਂਗੇ ਤਾਂ ਐਸੀ ਨਮਕ ਸ਼ਮਕ ਨਮਕ ਸ਼ਮਕ ਕਰਾਂਗੇ ਫਿਰ ਉਹਨੇ ਕਿਹਾ ਇੱਕ ਕੰਮ ਕਰੋ ਇਸ ਨੂੰ ਗਾ ਕੇ ਬਤਾਓ तो फिर असली नाgera नमक शमक नमक शमक डाल देते हैं फिर उन्हें क्या ये हरपाल ये जब भी आप नमक डालोगे जब भी नमक पाओगे नून पाओगे ओदोन ये करना ही करना वो फिर इस तरह फेमस होया पूरा वर्ल्ड से कि उन लोग की ठीक है कई लोग नाम नहीं जानते लेकिन वो नमक शमक वाले सरदार जी ये जरूर जानते रहे है ना ते पगदा ते ये है जी मेनू हमेशा लगता है कि ਪਾਗ ਮੇਰੀ ਮੇਰੀ ਮਾਂ ਨੇ ਜੀ ਪਾਗ ਮੈਨੂੰ ਸਜਾਉਣੀ ਬਹੁਤ ਜ਼ਰੂਰੀ ਹੈ ਮੈਂ ਭਾਵੇਂ ਸਵੇਰੇ ਮੈਨੂੰ ਕੋਈ ਕਹਿ ਦੇ ਕਿ ਹਰਪਾਲ ਜੀ 2 ਵਜੇ ਤਿਆਰ ਹੋ ਕੇ ਸ਼ੂਟ ਕਰਨੀਆਂ ਮੈਂ ਕਹਿੰਦਾ ਕੋਈ ਗੱਲ ਨਹੀਂ ਜੀ ਮੈਂ 12 ਵਜੇ ਉੱਠਾਂਗਾ ਤਿਆਰ ਹੋਵਾਂ ਆਪਣੇ ਆਪ ਨੂੰ ਸਜਾਵਾਂਗਾ ਤੇ ਜਾਵਾਂਗਾ ਤੇ ਮੇਰੀ ਪਾਗ ਮੇਰੀ ਸ਼ਾਨ ਹੈ ਠੀਕ ਹੈ ਨਾ ਮੈਂ ਹਮੇਸ਼ਾ ਕਹਿੰਦਾ ਸੀ ਮੈਂ ਸ਼ੋਅ ਵੀ ਕੀਤਾ ਟਰਬਨ ਤੜਕਾ ਠੀਕ ਹੈ ਨਾ ਜੀ ਮੈਂ ਉਹਦੇ ਵੀ ਕਹਿੰਦਾ ਕਿ ਟਰਬਨ ਇਜ਼ ਮਾਈ ਪ੍ਰਾਈਡ ਹੈ ਜੀ ਟਰਗਨ ਟਰਬਨ ਮੇਰੀ ਪੂਰੀ ਪ੍ਰਾਈਡ ਹੈ ਜੀ ਤੇ ਤੜਕਾ ਜਿਹੜੀ ਹੈ ਮੇਰੀ ਪ੍ਰੋਫੀਸ਼ੈਂਸੀ ਹੈ ਯਾਨੀ ਮੇਰਾ ਸਕਿੱਲ ਹੈ ਤੇ ਮੈਂ ਆਪਣੀ ਪ੍ਰਾਈਡ ਨੂੰ ਹਮੇਸ਼ਾ ਬਰਕਰਾਰ ਰੱਖਦਾ ਜੀ ਸਜਾਉਣਾ ਜੀ ਮੈਂ ਇਹ ਵੀ ਦੇਖਦਾ ਕਿ ਮੈਂ ਕਿਸ ਤਰ੍ਹਾਂ ਜਿਨਨੇ ਸਿੱਖ ਭਰਾ ਨੇ ਮੇਰੇ ਬੱਚੇ ਨੇ ਜਿਹੜੇ ਉਹ ਮੇਰੇ ਵੱਲ ਦੇਖ ਕੇ ਪੱਗ ਬਨਨ ਇਹ ਨਾ ਕਰਨ ਕੀ ਦਸਤਾਰ ਉਤਾਰ ਦੇਣ ਕੀ ਭਾਈ ਨਵਾਂ ਟ੍ਰੈਂਡ ਜਿ ਤਰ੍ਹਾਂ ਚੱਲਿਆ ਆਉਂਦਾ ਲੋਕੀ ਸਿੰਗਰਸ ਨੂੰ ਫੋਲੋ ਕਰਦੇ ਉਹਨਾਂ ਦੀ ਗਲਤੀ ਨਹੀਂ ਹੈ ਲੇਕਿਨ ਜੇ ਤੁਸੀਂ ਪੱਗ ਨਾਲ ਜੁੜੇ ਹੋ ਤੇ ਪੱਗ ਦਾ ਮਾਨ ਰੱਖੋ ਜੀ ਤੇ ਮੈਂ ਬਿਲਕੁਲ ਮਾਨ ਰੱਖਦਾ ਮੈਂ ਉਹਨੂੰ ਜਿੰਨੀ ਮਰਜ਼ੀ ਤਕਲੀਫ ਹੋ ਜਾਏ ਜੀ ਮੈਂ ਪੱਗ ਦੇ ਬਿਗੈਰ ਜਾਂਦਾ ਹੀ ਨਹੀਂ ਹਾਂ ਤਾਂ ਇਹ ਸੁਖੀ ਦੇ ਵਿਚਾਰ ਨੇ ਤਾਂ ਟਰਬਨ ਜਿਹੜੀ ਹੈ ਸਿਰ ਦੇ ਉੱਤੇ ਟਰਬਨ ਮਾਨ ਹੈ ਕਿਉਂਕਿ ਵੱਡੇ ਵੱਡੇ ਟੈਲੀਵਿਜ਼ਨ ਪਵਾ ਉੱਥੇ ਸ਼ੋਅ ਕਰਨ ਆਮ ਤੌਰ ਤੇ ਵੀ ਦੇਖਿਆ ਜਾਂਦਾ ਕਈਆਂ ਨੂੰ ਦਿੱਕਤ ਹੋਣ ਲੱਗ ਜਾਂਦੀ ਹੈ ਪੱਗ ਤੋਂ ਕਿ ਪੱਗ ਨਹੀਂ ਸਿਰ ਦੇ ਉੱਤੇ ਸਜਾਣੀ ਜਾਂ ਕਿਸ ਤਰੀਕੇ ਦਾ ਵੀ ਇਸ ਤੇ ਕਿਦੇ ਵੀ ਯਤਾਰ ਹੁੰਦੇ ਨੇ ਸੋਖੀ ਸਰ ਕਦੇ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਕਿ ਟਰਬਨ ਰਿਮੂਵ ਕਰ ਦੇ ਟਰਬਨ ਨਹੀਂ ਵੀ ਰੱਖਣੀ ਚਾਹੀਦੀ ਵੀ ਸਿਰ ਦੇ ਉੱਤੇ ਵਿਜਾ ਇਸ ਤਰੀਕੇ ਦੇ ਨਾਲ ਕਦੇ ਕਿਸ ਨੇ ਹਾਂ ਜੀ ਇਨਸੀਡੈਂਸਸ ਹੋਏ ਸੀ ਮੈਨੂੰ ਪਤਾ ਹੈ ਮੈਂ ਸ਼ੈਫ ਬਣਿਆ ਸੀ ਮੇਰੇ ਸਾਰੇ ਜਿੰਨੇ ਦੋਸਤ ਸੀ ਨਾ ਉਦੋਂ ਕਰੂਜ਼ ਲਾਈਨਰ ਚ ਜਾਂਦੇ ਸੀ ਤੇ ਸਾਰੇ ਚਲੇ ਗਏ ਮੈਂ ਵੀ ਚਲੇ ਗਿਆ ਜੀ ਇੰਟਰਵਿਊ ਦੇਣ ਤੇ ਉਹਨਾਂ ਦਾ ਪਹਿਲਾ ਸਵਾਲ ਏ ਸੀ ਹਰਪਾਲ ਜੀ ਅਸੀਂ ਬਾਅਦ ਚ ਤੁਹਾਡਾ ਇੰਟਰਵਿਊ ਸਕਿੱਲ ਦਾ ਲਵਾਂਗੇ ਪਹਿਲੋਂ ਮੈਨੂੰ ਇਹ ਦੱਸੋ ਕਿ ਤੁਸੀਂ ਟ੍ਰਿਮ ਕਰ ਸਕਦੇ ਹੋ ਤੁਸੀਂ ਟਰਬਨ ਰਿਮੂਵ ਕਰ ਸਕਦੇ ਹੋ ਕਿਉਂਕਿ ਉੱਥੋਂ ਦਾ ਮੰਡੇਟ ਹੈ ਮੈਂ ਆਪਣੀ ਫਾਈਲ ਚੁੱਕੀ ਮੈਂ ਕਿਹਾ ਥੈਂਕ ਯੂ ਸੋ ਮਚ ਜੀ ਮੈਂ ਨੌਕਰੀ ਨੀਚੇ ਦੀ ਮੈਂ ਚਲੇਗਾ ਠੀਕ ਹੈ ਜੀ ਫਿਰ ਉਹਦੇ ਬਾਅਦ ਮੈਂ ਇੱਕ ਸ਼ੋ ਕੀਤਾ ਸੀ ਝਲਕ ਦਿਖਲਾ ਜਾ ਠੀਕ ਹੈ ਨਾ ਉਹਦੇ ਚ ਕਈ ਵਾਰ ਆਉਂਦੇ ਨੇ ਜਿੰਨੇ ਕ੍ਰੀਏਟਿਵ ਹੈਡਸ ਹੁੰਦੇ ਨਾ ਉਹ ਆਉਂਦੇ ਨੇ ਹਰਪਾਲ ਜੀ ਹਮ ਇਹ ਕਰ ਦਿੰਗੇ ਉਹ ਕਰ ਦਿੰਗੇ ਐਸਾ ਕਰ ਦਿੰਗੇ ਵੈਸਾ ਕਰ ਦਿੰਗੇ ਆਪਕੇ ਟਰਬਨ ਦਾ ਇਹ ਸਟਾਈਲ ਕਰ ਦਿੰਗੇ ਉਹ ਕਰ ਦਿੰਗੇ ਆਪ ਕੁਝ ਹੋਰ ਅੰਦਾਜ਼ ਮੇ ਪੇਸ਼ ਆਣਾ ਚਾਹਤੇ ਹੋ ਮੈਂ ਕਹਾਂ ਅਗਰ ਕੋਈ ਹੋਰ ਤਰੀਕਾ ਹੋਵੇ ਤੇ ਦੱਸੋ ਪੱਗ ਨੂੰ ਹੱਥ ਨਹੀਂ ਲਾਉਣਾ ਕਪੜੇ ਜਿੰਨੇ ਮਰਜ਼ੀ ਬਦਲਾ ਲਾ ਪੱਗ ਨੂੰ ਹੱਥ ਨਹੀਂ ਲਾਉਣਾ ਜੇ ਪੱਗ ਚੋਂ ਦਿੱਕਤ ਆ ਇਹ ਫੜੋ ਸ਼ੋਅ ਤੁਹਾਡਾ ਜਿੰਨਾ ਮਰਜੀ ਮਰਜੀ ਵੱਡਾ ਸ਼ੋਅ ਹੋਵੇ ਇਹ ਫੜੋ ਸ਼ੋਅ ਮੈਂ ਚੱਲਿਆ ਫਿਰ ਉਹ ਕਹਿੰਦੇ ਨਹੀਂ ਨਹੀਂ ਹਰਪਾਲ ਜੀ ਤੇ ਮੈਂ ਤੁਸੀਂ ਤੁਹਾਨੂੰ ਦੱਸਦਾ ਕਿ ਕਿੰਨੇ ਤੁਸੀਂ ঝলਕ ਦਿਖਲਾ ਜਾ ਸੀਜ਼ਨ 9 ਦੇਖਿਆ ਹੋਵੇਗਾ ਤੇ ਮੈਂ ਇੰਨੇ ਫਲਿੱਪਸ ਕੀਤੇ ਇਹ ਨਹੀਂ ਉਛਾਲ ਮਾਰੀ ਲੇਕਿਨ ਪਾਗ ਨਹੀਂ ਲਾਈ ਜੀ একদম ਪਾਗ ਨਾ ਹਮੇਸ਼ਾ ਨਾਲ ਰੱਖਿਆ ਮੈਂ ਪਿਕਚਰਾਂ ਵੀ ਕੀਤੀਆਂ ਯਸ਼ਰਾਜ ਦੀਆਂ ਹੋਰ ਵੀ ਪਿਕਚਰਾਂ ਕੀਤੀਆਂ ਲੇਕਿਨ ਮੈਂ ਕਦੀ ਪੱਗ ਨਹੀਂ ਲਾਈ ਜੀ ਮੈਨੂੰ ਲੱਗਦਾ ਹੈ ਕਿ ਭਾਈ ਇਸ ਤੋਂ ਵੱਡੀ ਜਿਹੜੀ ਚੀਜ਼ ਮਿਲੀ ਹੈ ਸਾਨੂੰ ਇਮੀਡੀਏਟ ਰੈਕਗਨੀਸ਼ਨ ਚ ਉਹ ਮੈਂ ਕਿਸ ਤਰ੍ਹਾਂ ਖੋਦਾ ਹੈਨਾ ਖਾਸ ਲੋਕਾਂ ਨੂੰ ਖਾਸ ਤੇ ਬੜਾ ਮਾਣ ਹੁੰਦਾ ਜਦੋਂ ਦਸਤਾਰ ਦੇਖਦੇ ਆ ਕਿ ਇੱਕ ਸਰਦਾਰ ਟੈਲੀਵਿਜ਼ਨ ਤੇ ਆ ਰਿਹਾ ਤਾਂ ਉਹ ਵੀ ਇੱਕ ਐਨੇ ਵੱਡੇ ਟੈਲੀਵਿਜ਼ਨ ਤੇ ਤਾਂ ਸ਼ੋਅ ਦੇ ਵਿੱਚ ਆ ਰਹੇ ਬੜਾ ਮਾਣ ਮਹਿਸੂਸ ਕਰਦੇ ਨੇ ਤਾਂ ਉਦੋਂ ਫਿਰ ਤੁਹਾਨੂੰ ਕਿਵੇਂ ਲੱਗਦਾ ਜਦੋਂ ਲੋਕ ਕਮੈਂਟਸ ਕਰਦੇ ਨੇ ਜਾਂ ਕੋਈ ਗੱਲ ਕਹਿੰਦੇ ਨੇ ਕਿਸ ਤਰ੍ਹਾਂ ਦਾ ਪ੍ਰਾਊਡ ਫੀਲ ਹੁੰਦਾ ਦੇਖੋ ਜੀ ਜੇ ਤੁਸੀਂ ਇਨਸਪਾਇਰ ਕਰਦੇ ਹੋ ਲੋਕਾਂ ਨੂੰ ਠੀਕ ਹੈ ਜੀ ਤੁਹਾਡੇ ਕਿਸੇ ਐਕਟ ਦੇ ਕਾਰਨ ਤੁਹਾਡੇ ਕਿਸੇ ਪਹਿਨਾਵੇ ਦੇ ਕਾਰਨ ਤੁਹਾਡੇ ਦਸਤਾਰ ਦੇ ਕਾਰਨ ਤੇ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ ਖਾਸ ਤੌਰ ਤੇ ਜਿਨੇ ਪੰਜਾਬੀ ਸਾਡੇ ਭਰਾ ਨੇ ਸਿੱਖ ਭਰਾ ਨੇ ਉਹ ਜਦੋਂ ਬਹੁਤ ਮਿਲਦੇ ਨੇ ਦਿਲ ਖੋਲ ਕੇ ਮਿਲਦੇ ਨੇ ਉਹਨਾਂ ਨੂੰ ਵੀ ਬਹੁਤ ਅੱਛਾ ਲੱਗਦਾ ਹੈ ਮੈਨੂੰ ਵੀ ਬਹੁਤ ਅੱਛਾ ਲੱਗਦਾ ਕਿ ਮੈਂ ਰਿਪਰੈਜ਼ੈਂਟ ਕਰ ਰਿਹਾ ਹਾਂ ਠੀਕ ਹੈ ਨਹੀਂ ਜੀ ਮੈਂ ਦੇਖਿਆ ਕਈ ਸਕੂਲ ਨੇ ਜਿਹੜੇ ਲੰਡਨ 'ਚ ਜਿਹੜੇ ਗੁਰਮੁਖੀ ਦੇ ਸਕੂਲ ਆ ਉੱਥੇ ਬਾਹਰ ਉਹਨਾਂ ਨੇ ਚੰਗੀ ਤਰ੍ਹਾਂ ਬੋਰਡ ਚ ਲਾਇਆ ਕਿ ਵਰਲਡ ਦੇ ਜਿਹੜੇ ਸਿੱਖ ਫੇਮਸ ਸਿੱਖ ਆ ਉਹਨਾਂ 'ਚ ਫੋਟੋ ਲੱਗੀ ਏ ਤੇ ਉਹਨਾਂ 'ਚ ਸਾਡੀ ਵੀ ਫੋਟੋ ਲੱਗੀ ਏ ਤੇ ਸਾਨੂੰ ਬੜਾ ਅੱਛਾ ਲੱਗਦਾ ਜੀ ਜੇ ਤੁਸੀਂ ਜਿਹਨੂੰ ਕਹਿੰਦੇ ਨਾ ਮੈਂ ਕਿ ਰਿਸਪੌਂਸਿਬਿਲਟੀ ਵਧਦੀ ਜਾਂਦੀ ਆ ਤੇ ਇਹ ਜਦੋਂ ਰਿਸਪਾਂਸਿਬਿਲਟੀ ਵੱਧਦੀ ਜਾ ਰਹੀ ਹੈ ਤੇ ਇਹਨੂੰ ਅਸੀਂ ਛੱਡ ਨਹੀਂ ਸਕਦੇ ਤੇ ਮੇਰਾ ਇਹ ਆਪਣਾ ਪਰਸਨਲ ਓਪੀਨੀਅਨ ਹੈ ਕਿ ਜਿੰਨੇ ਵੀ ਸਿੱਖ ਭਰਾ ਨੇ ਜੇ ਮੈਂ ਉਹਨਾਂ ਨੂੰ ਹੋਰ ਵੀ ਇਨਸਪਾਇਰ ਕਰ ਸਕਦਾ ਕਈ ਲੋਕ ਮੈਨੂੰ ਕਹਿ ਵੀ ਜਾਂਦੇ ਮੈਂ ਇਹ ਵੀ ਸਾਫ਼ ਕਹਿ ਦਿੰਦਾ ਕਈ ਲੋਕ ਮੈਨੂੰ ਕਹਿ ਵੀ ਜਾਂਦੇ ਕਿ ਹਰਪਾਲ ਜੀ ਦੋ ਰੰਗ ਦੀਆਂ ਪੱਗਾਂ ਨਾ ਬਨੋ ਮੈਂ ਮੈਨੂੰ ਸਮਝ ਨਹੀਂ ਆਉਂਦਾ ਕਈ ਵਾਰਾਂ ਕਿ ਭਾਈ ਇਹਦੇ 'ਚ ਪ੍ਰੋਬਲਮ ਕੀ ਹੈ ਬਟ ਠੀਕ ਹੈ ਇਹ ਉਹਨਾਂ ਦਾ ਓਪੀਨੀਅਨ ਹੈ ਜੀ ਮੇਰੇ ਵਾਸਤੇ ਮੇਰਾ ਓਪੀਨੀਅਨ ਇਹ ਹੈ ਕਿ ਮੈਂ ਹੋਰ ਵੀ ਪੱਗ ਨੂੰ ਸਜਾ ਦਿੱਤਾ ਤਾਂ ਕਿ ਲੋਕਾਂ ਨੂੰ ਹੋਰ ਵੀ ਇਨਸਪਾਇਰ ਕਰ ਸਕਾਂ ਤੇ ਜਿੰਨੇ ਛੋਟੇ-ਛੋਟੇ ਮੇਰੇ ਭਰਾ ਵੀਰ ਛੋਟੇ ਸਿੱਖ ਭਰਾ ਨੇ ਉਹ ਇਨਸਪਾਇਰ ਹੋ ਕੇ ਪੱਗਾਂ ਨੂੰ ਨਾਲ ਰੱਖਣ ਠੀਕ ਹੈ ਜੀ ਤਕਲੀਫ ਤਾਨੂੰ ਲੱਗਦਾ ਹੈਗੀਆ ਲੇਕਿਨ ਜਿਹੜੇ ਤਕਲੀਫ ਗੁਰੂ ਮਹਾਰਾਜ ਜੀ ਕਰਕੇ ਗਏ ਨੇ ਤਾਨੂੰ ਜਿਹੜਾ ਸਰੂਪ ਛੱਡ ਕੇ ਗਏ ਨੇ ਉਹਨੂੰ ਕਿਸ ਤਰ੍ਹਾਂ ਮੈਂ ਅਲੱਗ ਹੋਂਦਾ ਵਾ ਨਹੀਂ ਹੋ ਸਕਦਾ ਜੀ ਤਾਂ ਸਿੱਖੀ ਦਿਨੂ ਨਾਲ-ਨਾਲ ਲੈ ਕੇ ਰੱਖ ਰਹੇ ਨੇ ਤਾਂ ਸਰ ਕੋਈ ਸੁਨੇਹਾ ਜਾਂਦੇ ਜਾਂਦੇ ਕਿਤਾਬ ਦੇ ਲਈ ਤਾਂ ਲੋਕਾਂ ਦੇ ਲਈ ਕਈ ਹੋਟਲ ਮੈਨੇਜਮੈਂਟ ਦਾ ਕੋਰਸ ਕਰਦੇ ਨੌਜਵਾਨ ਕਈ ਕਿਸਮਤ ਹਾਰ ਜਾਂਦੇ ਨੇ ਸੋਚਦੇ ਨੇ ਕਿ ਨਹੀਂ ਹੋਰ ਕੁਝ ਕੰਮ ਕਰ ਲੈਂਦੇ ਆ ਆਪ ਦਾ ਕੁਝ ਕਰ ਲੈਨੇ ਐਵੇਂ ਦਾ ਹੋ ਜਾਂਦਾ ਸੁਨੇਹਾ ਕੀ ਹੋਏਗਾ ਉਹਨਾਂ ਦੇ ਖਾਸ ਤੌਰ ਤੇ ਭਾਈ ਸਭ ਤੋਂ ਪਹਿਲਾਂ ਤੇ ਕਿਤਾਬ ਬਾਰੇ ਕਵਾਂਗਾ ਕਿ ਜਿੰਨੇ ਆਈਚਐਮ ਦੇ ਮੁੰਡੇ ਆ ਇਹ ਕਿਤਾਬ ਜੀ ਜ਼ਰੂਰ ਪੜ੍ਹਨੀ ਹੈ ਤੁਸੀਂ ਕਿਉਂਕਿ ਤੁਹਾਡੇ ਵਾਸਤੇ ਇਹ ਮੈਸੇਜ ਹੈ ਕਿ ਕਿਤਾਬ ਪੜ੍ਹਨ ਦੇ ਬਾਅਦ ਤੁਹਾਨੂੰ ਇਹ ਮਹਿਸੂਸ ਹੋਗਾ ਕਿ ਇੱਕ ਸ਼ੈਫ ਅਲੱਗ हट ਕੇ ਕਿਸ ਤਰ੍ਹਾਂ ਸੋਚ ਸਕਦਾ ਤੇ ਇਹ ਜਿਹੜੀ ਚੀਜ਼ ਹੈ ਨਾ ਅਲੱਗ हट ਕੇ ਸੋਚਣਾ ये सब तो इंपॉर्टेंट है चाहे वो होटल मैनेजमेंट वाला बंदा हो या इन्फ्लुएंसर हो मन वा मैनेजमेंट वाला बंदा हो ਅਲੱਗ ਹਟ ਕੇ ਸੋਚਣਾ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ ਇਹ ਮੈਂ ਅਲੱਗ ਹਟ ਕੇ ਸੋਚੀ ਆ ਇਸ ਕਰਕੇ ਮੈਂ ਹਮੇਸ਼ਾ ਕਹਿੰਨਾ ਕਿ ਵਰਲਡ ਲੈਵਲ 'ਚ ਇਹ ਪਹਿਲੀ ਵਾਰਾ ਹੋਇਆ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਤੇ ਆਈਚਐਮ ਵਾਲੇ ਬੰਦਿਆਂ ਨੂੰ ਇਹ ਵੀ ਮੈਂ ਕਹਿੰਨਾ ਕਿ ਸਾਰਿਆਂ ਸਾਰੇ ਨਾ ਸੋਚਦੇ ਨੇ ਕਿ ਛੇਤੀ ਹਾਸਿਲ ਕਰ ਲਈਏ ਸਕਸੈਸ ਸਕਸੈਸ ਜਿਹੜੀ ਆ ਨਾ ਉਹ ਛੇਤੀ ਨਹੀਂ ਆਉਂਦੀ ਜੀ ਉਹ ਬੜੀ ਮਿਹਨਤ ਕਰਨੀ ਪੈਂਦੀ ਹੈ ਜਿਹੜੀ ਸਕਸੈਸ ਬਹੁਤ ਛੋਟੇ ਤਰੀਕੇ ਨਾਲ ਆ ਜਾਂਦੀ ਸ਼ਾਰਟਕਟ ਨਾਲ ਆ ਜਾਂਦੀ ਫਿਰ ਉਹ ਛੋਟੇ ਸਮੇਂ ਵਾਸਤੇ ਰਹਿੰਦੀ ਹੈ ਉਹਦੀ ਨੀਂਵ ਜਿਹੜੀ ਕਮਜ਼ੋਰ ਹੁੰਦੀ ਹੈ ਇਸ ਕਰਕੇ ਸਕਸੈਸ ਜਿਹੜੀ ਆਏਗੀ ਫੋਕਸ ਜੇ ਤੁਹਾਡਾ ਕਲੀਅਰ ਹੈ ਉਹ ਆਏਗੀ ਜੀ ਤੇ ਤੁਸੀਂ ਫੋਕਸ ਕਲੀਅਰ ਰੱਖੋ ਤੇ ਤੁਹਾਨੂੰ ਵੀ ਸਕਸੈਸ ਮਿਲੇਗੀ ਤੁਸੀਂ ਮੇਰੇ ਤੋਂ ਵੱਡੇ ਸ਼ੈਫ ਬਣ ਜਾਓਗੇ ਠੀਕ ਹੈ ਨਾ ਜੇ ਅਲੱਗ हट ਕੇ ਕੰਮ ਕਰੋਗੇ ਠੀਕ ਹੈ ਤੁਸੀਂ ਆਪਣਾ ਜਿਹੜਾ ਆਈਡੈਂਟੀਟੀ ਆ ਉਹਨੂੰ ਬਿਲਕੁਲ ਜਿਸ ਤਰ੍ਹਾਂ ਵੀ ਤੁਹਾਡੀ ਆਈਡੈਂਟੀਟੀ ਆ ਉਹਨੂੰ ਬਰਕਰਾਰ ਰੱਖੋ ਉਹ ਕ੍ਰੀਏਟ ਕਰੋ ਤੁਹਾਡੇ ਹੱਥ 'ਚ ਬਹੁਤ ਕਲਾਕਾਰੀ ਹੈ ਜੀ ਇਸ ਵੇਲੇ ਤੇ ਦੁਨੀਆ ਜਿਸ ਰੇਟ ਨਾਲ ਅੱਗੇ ਵਧ ਰਹੀ ਹੈ ਸਾਰੇ ਲੋਕੀ ਕਈ ਵਾਰ ਪੁੱਛਦੇ ਕਿ ਸਰ ਟੀਵੀ 'ਚ ਆਉਣ ਵਾਸਤੇ ਕੀ ਕਰਨਾ ਪੈਂਦਾ ਮੈਂ ਕਿਹਾ ਕੁਝ ਨਹੀਂ ਕਰਨਾ ਪੈਂਦਾ ਤੁਸੀਂ ਆਪਣਾ ਮੋਬਾਈਲ ਕੱਢੋ ਤੇ ਤੁਸੀਂ ਆਪਣੇ ਰਿਕਾਰਡ ਕਰੀ ਜਾਓ ਤੇ ਤੁਸੀਂ ਟੀਵੀ 'ਚ ਆ ਗਏ ਮਤਲਬ ਤੁਹਾਨੂੰ ਲੋੜ ਹੀ ਨਹੀਂ ਹੈ ਸਾਡੇ ਜ਼ਮਾਨੇ 'ਚ ਬੜਾ ਪਰਿਸਰਮ ਕਰਨਾ ਪੈਂਦਾ ਸੀ ਟੀਵੀ 'ਚ ਆਉਣ ਵਾਸਤੇ ਠੀਕ ਹੈ ਨਾ ਅਲੱਗ-ਘੱਟ ਕੇ ਚੀਜ਼ਾਂ ਕਰਨੀਆਂ ਪੈਂਦੀ ਸੀ ਤੁਸੀਂ ਘਰ ਬੈ ਕੇ ਕਰ ਸਕਦੇ ਹੋ ਆਰਾਮ ਨਾਲ ਤੇ ਡਿਜੀਟਲ ਦਾ ਜ਼ਮਾਨਾ ਹੈ ਜੀ ਬਿਲਕੁਲ ਤੁਸੀਂ ਬਹੁਤ ਕੁਝ ਆਪਣਾ ਕੰਟੈਂਟ ਕ੍ਰੀਏਟ ਕਰ ਸਕਦੇ ਹੋ ਤੇ ਲੇਕਿਨ ਇੱਕੋ ਸਭ ਤੋਂ ਇੰਪੋਰਟੈਂਟ ਚੀਜ਼ ਆ ਫੋਕਸ ਜੇ ਖੋਤੀ ਤੇ ਡਿਸਟਰੈਕਸ਼ਨ ਬੜਾ ਹੈ ਦੁਨੀਆ ਚ ਠੀਕ ਹੈ ਨਾ ਦੁਨੀਆ ਚ ਐਸਵੇਲੇ ਡਿਸਟਰੈਕਸ਼ਨ ਇਨਾ ਪੁੱਛੋ ਨਾ ਕਿ ਮੈਂ ਵੀ ਕਈ ਵਾਰ ਲੱਗਦਾ ਕਿ ਡਿਸਟਰੈਕਟ ਹੋ ਜਨਾਰੇ ਮੇਰੇ ਨਾਲ ਵਾਲੇ ਸ਼ੈਫਸ ਬਹੁਤ ਨਾ ਫਿਰ ਮੈਂ ਫੋ ਮਤਲਬ ਜੇ ਮੈਂ ਉਹ ਕਰ ਜਾਂਦਾ ਨਾ ਕਿ ਨਾਲ ਵਾਲੇ ਸ਼ੈਫ ਸਾਇ ਕਰ ਰਹੇ ਤਾਂ ਮੈਂ ਵੀ ਕਰ ਸਕਦਾ ਫਿਰ ਮੈਂ ਇਹੋ ਜੀ ਕਿਤਾਬ ਨਹੀਂ ਕੱਢ ਸਕਨੀ ਸੀ ਕਿਉਂਕਿ ਇਹੋ ਜੀ ਕਿਤਾਬ ਕਿਸੇ ਨੇ ਨਹੀਂ ਕੱਢੀ ਦੁਨੀਆ 'ਚ ਇਹ ਮੈਂ ਹੀ ਕੱਢੀ ਹੈ ਜੀ ਤੇ ਮੈਂ ਬੜੇ ਪ੍ਰਾਊਡਲੀ ਕਹਿਣਾ ਕਿ ਇਹ ਤੁਹਾਡੇ ਸਿੱਖ ਭਰਾ ਨੇ ਕੱਢੀ ਹੈ ਤੇ ਅੱਜ ਇਹ ਮੌਕਾ ਮਿਲਿਆ ਪੰਜਾਬ 'ਚ ਲਾਂਚ ਕਰਨ ਦਾ ਚੰਡੀਗੜ੍ਹ 'ਚ ਤੇ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਦਾ ਤੁਸੀਂ ਕਿਤਾਬ ਲੈਣੀ ਆ Amazon 'ਚ ਅਵੇਲੇਬਲ ਹੈ ਪੜੋ ਕਮੈਂਟਸ ਕਰੋ ਤੇ ਆਪਣਾ ਰਿਵਿਊ ਛਡੋ ਜੀ ਤੇ ਨਾਲ ਮੈਨੂੰ ਆਸ਼ੀਰਵਾਦ ਵੀ ਦਿਓ ਜੀ ਬਲੇਸਿੰਗਸ ਦਿਓ ਸਾਰਿਆਂ ਨੂੰ ਬਲੇਸਿੰਗਸ ਦੀ ਲੋੜ ਹੁੰਦੀ ਹੈ ਮੈਨੂੰ ਵੀ ਲੋੜ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸਰ ਤਾਂ ਹਰਪਾਲ ਸਿੰਘ ਸੋਕੀ ਸਾਡੇ ਨਾਲ ਸੀਗੇ ਤਾਂ ਬਹੁਤ ਹੀ ਮਸ਼ਹੂਰ ਸ਼ੈਫ ਨੇ ਤਾਂ ਇਹਨੇ ਆਪਣੀ ਕਿਤਾਬ ਜਿਹੜੀ ਹੈ ਬਰੀਆਨੀ ਲੀਡਰਸ ਅੱਜ ਰਿਲੀਜ਼ ਕਰ ਦਿੱਤੀ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਿਆਰ ਮਿਲਦਾ ਕਿਉਂਕਿ ਪਿਆਰ ਲੋਕਾਂ ਨੇ ਪਹਿਲਾਂ ਹੀ ਬਹੁਤ ਸਾਰਾ ਦਿੱਤਾ ਹੋਇਆ ਲੋਕ ਪਿਆਰ ਕਰਦੇ ਨੇ ਤਾਂ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਜਲਦੀ ਪਾਰਟ 2 ਵੀ ਕੱਢਾਂਗੇ ਕਿਉਂਕਿ 10 ਸਾਲ ਦੀ ਮ 10 ਸਾਲ ਮਿਹਨਤ ਕਰਨ ਤੋਂ ਬਾਅਦ ਇੱਕ ਕਿਤਾਬ ਲਿਖੀ ਗਈ ਹੈ ਹੌਲੀ-ਹੌਲੀ ਹਰ ਇੱਕ ਚੀਜ਼ ਨੂੰ ਦੇਖਦੇ ਗਏ ਬਰੀਕੀਆਂ ਦੇਖਦੇ ਗਏ ਤਾਂ ਇੱਕ ਕਿਤਾਬ ਅੱਜ ਸਾਡੇ ਸਾਹਮਣੇ ਹੈ ਤਾਂ Amazon ਦੇ ਉੱਤੇ ਮਿਲੇਗੀ ਤੁਸੀਂ ਉੱਤੇ ਜਾ ਕੇ ਖਰੀਦ ਸਕਦੇ ਹੋ ਪੜ੍ਹ ਸਕਦੇ ਹੋ ਤਾਂ ਹੋਰ ਵੀ ਅਗਰ ਜੇ ਤੁਹਾਨੂੰ ਕੋਈ ਦਿੱਕਤ ਗੱਲਬਾਤ ਦੇ ਵਿੱਚ ਆਉਂਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਮੈਸੇਜ ਕਰਿਓ ਕੈਮਰਾ ਸਾਥ ਜੋਗਦਰ ਸਿੰਘ ਸ਼ਿਵਾ ਤਨਵਾਦ